ਹਾਂਜੀ ਦੋਸਤੋ ਕਲਾਸ 12ਵੀਂ ਵਾਲਿਆਂ ਦਾ ਹੁਣ ਹੈਗਾ ਇਕਨੋਮਿਕਸ ਦਾ ਪੇਪਰ ਯਾਨੀ ਕਿ ਅਰਥ ਸ਼ਾਸਤਰ ਦਾ ਕੱਲ ਪ੍ਰੀ ਬੋਰਡ ਦਾ ਤਾਂ ਇਹ ਸੈਂਪਲ ਪੇਪਰ ਅਸੀਂ ਪੂਰਾ ਸੋਲਵ ਕਰਾਂਗੇ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਆਨਸਰ ਹੋਗੇ ਨੇ 80 ਨੰਬਰ ਦਾ ਇਹ ਪੇਪਰ ਹੋਣਾ ਤੁਹਾਨੂੰ ਸਮਾਂ 3 ਘੰਟੇ ਦਾ ਮਿਲੇਗਾ ਤੇ ਆਹ ਵਾਲਾ ਕੁਐਸਚਨ ਪੇਪਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀ ਵੈਬਸਾਈਟ ਤੇ ਵੀ ਜਾਰੀ ਕੀਤਾ ਹੋਇਆ ਤਾਂ ਦੋਸਤੋ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਆਨਸਰ ਹੋਗੇ ਨੇ ਤਾਂ ਸਭ ਤੋਂ ਪਹਿਲਾ ਪ੍ਰਸ਼ਨ ਕੀ ਹੈ ਦੇਖ 사ਤੇ ਹਾਂ ਕਿ ਪ੍ਰਸ਼ਨ 1 ਨਾ ਬੀ ਉਪਭਾਗ ਨੇ ਠੀਕ ਹੈ ਜੀ ਇੱਕ ਇੱਕ ਨੰਬਰਾਂ ਦੇ ਪੂਰੀ ਅਰਥਵਵਸਥਾ ਦੇ ਕੰਮ ਕਾਜ ਨਾਲ ਸੰਬੰਧਿਤ ਹੈ ਠੀਕ ਹੈ ਜੀ ਤਾਂ ਇਸ ਦਾ ਰਾਈਟ ਆਨਸਰ ਤੁਸੀਂ ਦੇਖ ਸਕਦੇ ਹੋ ਤਾਂ ਇਸ ਦਾ ਸੋਲੂਸ਼ਨ ਆਪਾਂ ਲੱਭਿਆ ਹੋਇਆ ਹੈ ਤਾਂ ਉੱਪਰ ਚੱਲਦੇ ਹਾਂ ਹਾਂਜੀ ਤਾਂ ਆ ਰਿਹਾ ਤਾਂ ਦੋਸਤੋ ਸਭ ਤੋਂ ਪਹਿਲਾਂ ਇਸ ਦਾ ਜਿਹੜਾ ਆਨਸਰ ਆ ਜਾਏਗਾ ਸਮਸ਼ਟੀ ਅਰਥ ਸ਼ਾਸਤਰ ਯਾਨਕੀ ਬੀ ਆਪਸ਼ਨ ਇਸ ਦਾ ਰਾਈਟ ਆਨਸਰ ਹੋਵੇਗਾ ਠੀਕ ਹੈ ਜੀ ਬੀ ਆਪਸ਼ਨ ਦੇਖ ਲਓ ਕਿੱਥੇ ਹੈ ਤਾਂ ਆਹ ਆ ਰਿਹਾ ਤੁਹਾਡਾ ਬੀ ਆਪਸ਼ਨ ਯਾਨਕੀ ਸਮਸ਼ਟੀ ਅਰਥ ਸ਼ਾਸਤਰ ਅਗ ਹੈ ਦੋਸਤੋ ਆਪਣਾ ਦੂਸਰਾ ਪ੍ਰਸ਼ਨ ਕਿ ਖੰਡ ਦੇ ਉਤਪਾਦਨ ਵਿੱਚ ਗੰਨਾ ਕਿਸ किस्म का उत्पाद है ठीक है जी तो इसका आंसर भी देख लिने तो दोस्तों मध्यवरती वस्तु यानी सी ऑप्शन तो देख लिनेप्शन के लिखा हो दोस्तों बिल्कुल दूसरे का आंसर आ जाएगा सी ऑप्शन यानी कि मध्यवरती वस्तु अगला प्रश्न की है कि वस्तुआ और सेवावान के प्रवाह न डश कहा जाता है ठीक है जी तो इसका आंसर भी देख सकते हो तुम्हें की है वास्तविक प्रवाह ए ऑप्शन ठीक है जी जिसन इंग्गलिश कहे रियल फलो ठीक है जी ते इस तो इसके बाद अपना अगला प्रश्न की है तो देख लो दोस्तों इसका आ जाएगा वास्तविक प्रभाव ए वाला ऑप्शन राइट होएगा चौथा प्रश्न की है अपना की ओहो है है। है है। कि वह प्रणाली जिस वस्तुओं के बदले वस्तुआ का जोड़ा है आदान प्रदान किया जाता है उसनों जोड़ा है डैश कहा जाता है तो सिस्टम जिम्मे तुम देख सकते कि वटांदरा प्रणाली वस्तु ली वस्तु ठीक है जी वस्तु वटांदरा प्रणाली या फिर हस्तांतरण प्रणाली ठीक है जी इसका आंसर भी आप देख लें तो चौथे का आंसर आ जाएगा दोस्तों वस्तु वटांतरा प्रणाली यानी सी ऑप्शन बिल्कुल सही होगा ठीक है जी तो ये देख लो सी ऑप्शन कितने है तो सी ऑप्शन यही रहा वस्तु वटांतरा प्रणाली अगे है दोस्तों कि किस बैंक न मुद्रा जारी करने का अधिकार है तो यह तो दोस्तों देखने की लड़ ही नहीं है केंद्रीय बैंक ठीक है जी बाकी एक बार आप फिर भी देख लिने तो दोस्तों देख सकते हो कि केंद्रीय बैंक ये ऑप्शन बिल्कुल राइट होएगा अपने इंडिया का केंद्रीय बैंक कौन है आर बी आई यानी कि रिजर्व बैंक ऑफ इंडिया ठीक है जी उस तो बाद है दोस्तों अपना अगला प्रश्न कि जेकर कोई व्यक्ति काम करने तैयार है पर उस काम नहीं मिलता है तो इस स्थिति ठीक है जी उसू ਕੀ ਹੋਏ ਗਾਈਸ ਤੇ ਇਸ ਨੂੰ ਮਤਲਬ ਕੀ ਕਹਾਂਗੇ ਦੋਸਤੋ ਸਭ ਤੋਂ ਪਹਿਲਾ ਆਪਸ਼ਨ ਹੈਗਾ ਆਹਾ ਬੀ ਆਪਸ਼ਨ ਇਹ ਜਾਂ ਸੀ ਆਪਸ਼ਨ ਇਹ ਜਾਂ ਤੇ ਡੀ ਆਪਸ਼ਨ ਇਹਨਾਂ ਵਿੱਚੋਂ ਕੋਈ ਨਹੀਂ ਠੀਕ ਹੈ ਜੀ ਤਾਂ ਦੋਸਤੋ ਇਸ ਦਾ ਆਨਸਰ ਦੇਖ ਲੈਨੇ ਆਪਾਂ 6ਵੇਂ ਦਾ ਤਾਂ ਦੋਸਤੋ 6ਵੇਂ ਦਾ ਤੁਸੀਂ ਦੇਖ ਸਕਦੇ ਹੋ ਆਨਸਰ ਆ ਗਿਆ ਅਣਇਛਕ ਬੇਰੋਜ਼ਗਾਰੀ ਸੀ ਆਪਸ਼ਨ ਠੀਕ ਹੈ ਜੀ ਤਾਂ ਸੀ ਆਪਸ਼ਨ ਇਸ ਦਾ ਰਾਈਟ ਆਨਸਰ ਹੋਵੇਗਾ ਠੀਕ ਹੈ ਜੀ 6ਵੇਂ ਦਾ ਅਣਇਛਕ ਬੇਰੋਜ਼ਗਾਰੀ ਠੀਕ ਹੈ ਜੀ ਅਗਲਾ ਪ੍ਰਸ਼ਨ ਕੀ ਹੈ ਕਿ ਘੱਟ ਮੰਗ ਅਤੇ ਵੱਧੂ ਮੰਗ ਦੀ ਸਮੱਸਿਆਵਾਂ ਨੂੰ ਠੀਕ ਕਰਨ ਲਈ ਹੇਠ ਦਿੱਤੇ ਆ ਵਿੱਚੋਂ ਕਿਹੜਾ ਵਿੱਤੀ ਉਪਾ ਨਹੀਂ ਹੈ ਠੀਕ ਹੈ ਜੀ ਤਾਂ ਇਸ ਦਾ ਆਨਸਰ ਤੁਸੀਂ ਦੇਖ ਸਕਦੇ ਹੋ ਕਿ ਸੱਤਵੇਂ ਦਾ ਸਟੂਡੈਂਟ ਨੂੰ ਨਹੀਂ ਮਿਲਿਆ ਜਾਂ ਫਿਰ ਨਹੀਂ ਹੋਣੇ ਲੱਭਿਆ ਠੀਕ ਹੈ ਤਾਂ ਸੱਤਵੇਂ ਦਾ ਅਨਸਰ ਤੁਹਾਨੂੰ ਪਤਾ ਹੈ ਕਿ ਬਈ ਘੱਟ ਮੰਗ ਅਤੇ ਵੱਧ ਮੰਗ ਦੀਆਂ ਸਮੱਸਿਆਵਾਂ ਨੂੰ ਠੀਕਰਨ ਲਈ ਇਹ ਦਿੱਤੇ ਵਿੱਚੋਂ ਕਿਹੜਾ ਵਿਤੀ ਉਪਾਅ ਨਹੀਂ ਹੈ ਤਾਂ ਇਸ ਦਾ ਜਿਹੜਾ ਹੈਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਵਿਤੀ ਘਾਟਾ ਵਿਦੇਸ਼ੀ ਨੀਤੀ ਸਰਕਾਰੀ ਮਾਲਿਆ ਫਿਰ ਸਰਕਾਰੀ ਖਰਚੇ ਇਹਨਾਂ ਦੇ ਵਿੱਚੋਂ ਕਿਹੜਾ ਕਰੈਕਟ ਆਨਸਰ ਹੈ ਤੁਸੀਂ ਕਮੈਂਟ ਦੇ ਬਾਕਸ ਦੇ ਵਿੱਚ ਦੱਸ ਦੇਣਾ ਵਾ ਅਗਲਾ ਪ੍ਰਸ਼ਨ 8ਵਾਂ ਤੇ ਦੇਖੋ ਦੋਸਤੋ ਇੱਕ ਟੈਕਸ ਡੈਸ਼ ਹੈ ਕੀ ਹੈ ਇੱਕ ਸਵੈਚਾਲਿਤ ਇਛਤ ਪੁਗਤਾਨ ਹੈ ਜਾਂ ਫਿਰ ਇਹ ਇੱਕ ਲਾਜ਼ਮੀ ਪੁਗਤਾਨ ਹੈ ਇੱਕ ਕਾਨੂੰਨੀ ਪੁਗਤਾਨ ਹੈ ਜਾਂ ਫਿਰ ਇਹ ਸਾਰੇ ਤਾਂ ਦੋਸਤੋ ਜਿੱਥੇ ਤੱਕ ਮੈਨੂੰ ਲੱਗਦਾ ਕਿ ਇਹ ਸਾਰੇ ਹੀ ਹੈਗੇ ਆ ਠੀਕ ਹੈ ਜੀ ਦਿਮਿਕ ਤੁਸੀਂ ਦੇਖ ਸਕਦੇ ਹੋ 8ਵੇਂ ਦਾ ਇਹ ਸਾਰੇ ਯਾਨੀ ਕਿ ਇਹ ਵਾਲਾ ਆਪਸ਼ਨ ਤਾ ਮਤਲਬ ਇਹਦਾ ਆਨਸਰ ਕੀ ਹੋ ਜਾਏਗਾ ਆਵੀ 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 ਠੀਕ ਹੈ ਜੀ ਕਿ ਇੱਕ ਸਬਾਈ ਚਿਤ ਪੁਕਤਾ ਨਾ ਕਰਨਾ ਪੋਗਾ ਲਾਜ਼ਮੀ ਜਾਂ ਕੰਪਲਸਰੀ ਜਾਂ ਕਾਨੂੰਨੀ ਵੀ ਹੈਗੀ ਹੈ ਠੀਕ ਹੈ ਜੀ ਬਾਕੀ ਅਗਰ ਤੁਹਾਨੂੰ ਕੀ ਲੱਗਦਾ ਇਸ ਦਾ ਰਾਈਟ ਆਨਸਰ ਕਿਹੜਾ ਹੋਣਾ ਚਾਹੀਦਾ ਵਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦਿਓ ਬਾਕੀ ਮੈਨੂੰ ਤਾਂ ਇਹ ਸਾਰੇ ਹੀ ਲੱਗ ਰਹੇ ਹਨ ਤੇ ਨਵਾਂ ਪ੍ਰਸ਼ਨ ਕੀ ਹੈ ਕਿ ਭੌਤਿਕ ਵਸਤੂਆਂ ਦੇ ਆਯਾਤ ਅਤੇ ਨਿਰਯਾਤ ਦੇ ਮੁੱਲ ਵਿੱਚ ਅੰਤਰ ਨੂੰ ਡੈਸ਼ ਕਿਹਾ ਜਾਂਦਾ ਹੈ ਠੀਕ ਹੈ ਜੀ ਤਾਂ ਇਸ ਦਾ ਆਨਸਰ ਤੁਸੀਂ ਦੇਖ ਸਕਦੇ ਹੋ ਦੋਸਤੋ ਇਹਦੇ ਵਿੱਚ ਦੋ ਵਾਰੀ ਹੈ ਵਪਾਰ ਸੰਤੁਲਨ ਦਿੱਤਾ ਹੋਇਆ ਵਪਾਰ ਸੰਤੁਲਨ ਵਪਾਰ ਸੰਤੁਲਨ ਤਾਂ ਦੋਸ राइट आंसर है व्यापार संतुलन ठीक है जी तो ये ऑप्शन नहीं दस सकते कि कह ऑप्शन है बस इसका आंसर व्यापार संतुलन आ जाएगा ठीक है जी अगे दोस्तों भारत की आजादी के समय भारतीय अर्थव्यवस्था हेठ लिखिया के विस् विशेषतावान मौजूद सन ठीक है जी तो इसका आंसर भी आप देख लिने हाँ जी तो सल्यूशन वाल चलते हैं सब तो पहला देख लो अविकसित अर्थव्यवस्था गतिहीन अर्थव्यवस्था ठीक है जी अर्ध जगीरू अर्थव्यवस्था या फिर यह सब ठीक है जी ਤਾਂ ਦੋਸਤੋ ਜਿੱਥੇ ਤੱਕ ਮੈਨੂੰ ਲੱਗਦਾ ਕਿ ਬਈ ਇਹਦਾ ਇਹ ਹੋ ਸਕਦਾ ਵਾ ਗਤੀਹੀਣ ਅਰਥ ਵਿਵਸਥਾ ਇਸਦੀ ਇਹ ਵਿਵਸਥ ਜਿਹੜੀ ਇੱਕ ਵਿਸ਼ੇਸ਼ਤਾ ਹੋ ਸਕਦੀ ਆ ਠੀਕ ਹੈ ਜੀ ਤਾਂ ਇਹਦੇ ਵਿੱਚ ਦੋਸਤੋ ਇਹਨਾਂ ਨੇ ਆਹ ਗਤੀਹੀਣ ਅਰਥ ਵਿਵਸਥਾ ਲਿਖੀ ਹੋਈ ਹੈ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਸਟੈਗਨੈਂਟ ਠੀਕ ਹੈ ਜੀ ਜਿਹੜਾ ਹੈਗਾ ਅਰਥ ਵਿਵਸਥਾ ਕਹਿੰਦੇ ਆ ਠੀਕ ਹੈ ਤਾਂ ਦੋਸਤੋ ਇਹ ਜਿੱਥੇ ਤੱਕ ਮੈਨੂੰ ਲੱਗਦਾ ਕਿ ਇਹ ਆਪਸ਼ਨ ਹੋਗਾ ਬੀ ਆਪਸ਼ਨ ਬਾਕੀ ਫੁੱਲ ਕਨਫਰਮ ਅਗਰ ਜਿਸ ਨੂੰ ਪਤਾ ਹੈ ਤਾਂ ਦੱਸ ਦੇਵੇ ਬਾਕੀ ਮੈਨੂੰ ਜਿੱਥੇ ਤੱਕ ਲੱਗਦਾ ਇਹ ਹੀ ਆ ਠੀਕ ਹੈ ਜੀ ਆਪਣਾ ਗਤੀਹੀਣ ਅਰਥਵਿਵਸਥਾ ਜਾਂ ਫਿਰ ਦੋਸਤੋ ਇਹ ਸਾਰੇ ਵੀ ਹੋ ਸਕਦੇ ਆ ਬਟ ਜਿੱਥੇ ਤੱਕ ਚਾਂਸਸ ਜਿਆਦਾ ਮੈਨੂੰ ਲੱਗਦਾ ਕਿ ਗਤੀਹੀਣ ਅਰਥਵਿਵਸਥਾ ਦੇ ਹੀ ਹੈਗੇ ਨਾ ਅੱਗੇ ਦੋਸਤੋ ਨੀਤੀ ਆਯੋਗ ਦਾ ਚੇਅਰਪਰਸਨ ਕੌਣ ਹੁੰਦਾ ਹੈ ਤਾਂ ਦੋਸਤੋ ਇਸ ਦਾ ਅਨਸਰ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੀ ਹੁੰਦਾ ਹੈ ਤਾਂ ਇੱਥੇ ਦੇਖ ਸਕਦੇ ਹੋ ਕਿ ਆਪਣਾ 11ਵਾਂ ਦਾ ਅਨਸਰ ਆ ਜਾਏਗਾ ਦੇਸ਼ ठीक है जी तो अगला प्रश्न की है कि हेठ लिखियों समस्या भारती खेतीबाड़ी न संबंधित है दोस्तों इसका जो आंसर तुम देख सकते हो बारहवें का यह सारिया यानी कि डी ऑप्शन आ जाएगा की, की आ जाएगा दोस्तों डी ऑप्शन यह सारियाँ ही यानी कि तकनीकी समस्या भी तो दोस्तों संस्थागत समस्या भी मनुखी समस्या भी अगे दोस्तों नवी आर्थिक नीति तो बाद अर्थव्यवस्था जनतक खेत्र की भूमिका बुरी ਤਰਾ ਜਿਹੜੀ ਹੈਗੀ ਹੈ ਸੀਮਿਤ ਹੋ ਗਈ ਸੀਗੀ ਬੁਰੀ ਤਰ੍ਹਾਂ ਨਹੀਂ ਤੇ ਪੂਰੀ ਤਰ੍ਹਾਂ ਹੋਗਾ ਪੂਰੀ ਤਰ੍ਹਾਂ ਜਿਹੜੀ ਹੈਗੀ ਹੈ ਸੀਮਿਤ ਹੋ ਗਈ ਹੈ ਠੀਕ ਹੈ ਜੀ ਤਾਂ ਇਸ ਦਾ ਆਨਸਰ ਤੁਸੀਂ ਦੇਖ ਸਕਦੇ ਹੋ ਬੁਰੀ ਤਰ੍ਹਾਂ ਜਾਂ ਫਿਰ ਪੂਰੀ ਤਰ੍ਹਾਂ ਪਰ ਤਾਂ ਨਹੀਂ ਕਿ ਲਿਖਿਆ ਇਹਨਾਂ ਨੇ ਇਹਦਾ ਟਰੂ ਆ ਜਾਏਗਾ ਠੀਕ ਹੈ ਜੀ ਇਸ ਦਾ ਆਨਸਰ ਤੁਸੀਂ ਟਰੂ ਕਰ ਲੈਣਾ ਵਾ ਠੀਕ ਹੈ ਜੀ ਤੇ ਅੱਗੇ ਹੈ ਦੋਸਤੋ ਆਪਣਾ ਕਿ ਪਿੰਡੂ ਆ ਪਿੰਡੂ ਗਰੀਬਾਂ ਵਿੱਚ ਹਿੱਟ ਲਿਕੇ ਵਿੱਚ ਕੌਣ ਸ਼ਾਮਿਲ ਹਨ ਠੀਕ ਹੈ ਜੀ ਪਿੰਡੂ ਗਰੀਬਾਂ ਵਿੱਚ ਹਿੱਟ ਲਿਕੇ ਕੌਣ ਸ਼ਾਮਿਲ ਹਨ ਤਾਂ ਦੋਸਤੋ ਦੇਖੋ ਬੇਜਮੀਨੇ ਅਤੇ ਸਿਮਾਂਤ ਕਿਸਾਨ ਵੀ ਆ ਖੇਤੀਬਾੜੀ ਮਜ਼ਦੂਰ ਵੀ ਪਿੰਡੂ ਕਾਰੀਗਰ ਵੀ ਇਹ ਤਾਂ ਇਹ मतलब पेंडू गरीबों जड़े है शामिल है ठीक है जी तो इस आंसर भी आप देख लिने तो दोस्तों आ देखो यह सारे डी ऑप्शन ठीक है जी तो उस बाद अपना अगला प्रश्न की है कि हेठ दत्तियों कि जड़ा है साखद संस्थागत स्रोत है ठीक है जी तो इसका आंसर आ जाएगा व्यापारक बैंक भी आ जाएगा ठीक है जी तो खेतरी ग्रामीण बैंक भी आ जाएगा सहकारी बैंक भी आ जाएगा यानी कि यह सारे ठीक है जी अगे दोस्तों मनुखी पूंजी निर्माण का निर्णायक हेठ लिखिया है ठीक है जी ਤਾ ਦੋਸਤੋ ਇਸ ਦਾ ਅਨਸਰ ਵੀ ਦੇਖ ਲੈਨੇ ਆ ਤਾਂ ਇਹ ਸਭ ਇੱਥੇ ਜੇ ਦੇਖਿਆ ਜਾਏ ਤਾਂ ਹੋ ਸਕਦਾ ਹੈ ਜਿਵੇਂ ਕਿ ਆ ਦੇਖੋ ਦੋਸਤੋ ਇਹ ਸਾਰੇ ਡੀ ਆਪਸ਼ਨ ਇਹਨਾਂ ਨੇ ਦੱਸਿਆ ਹੋਇਆ ਵਾ ਠੀਕ ਹੈ ਜੀ ਆਪਣਾ ਇੱਥੇ ਦੇਖ ਸਕਦੇ ਹਾਂ 15ਵੇਂ ਦਾ ਵੀ ਤੇ 16ਵੇਂ ਦਾ ਵੀ ਠੀਕ ਹੈ ਜੀ ਤਾਂ ਇਹਦਾ ਦੇਖ ਲਓ ਸਭ ਤੋਂ ਪਹਿਲਾਂ ਆਹਾਂ ਆ ਰਿਹਾ ਦੋਸਤੋ ਆਹਾ 16ਵਾਂ ਵਾ ਠੀਕ ਹੈ ਜੀ 16ਵਾਂ ਇਹ ਆਪਣਾ ਹੈਗਾ ਵਾ ਠੀਕ ਹੈ ਜੀ ਤਾਂ ਇਸ ਦਾ ਆਨਸਰ ਇਹਨਾਂ ਨੇ ਇਹ ਸਭ ਦੱਸਿਆ ਹੈ ਵਾ ਜਿੱਥੇ ਤੱਕ ਮਤਲਬ ਦੋਸਤੋ ਬਿਹਤਰ ਸਿਹਤ ਸਲੁਭੀ ਤੇ ਪ੍ਰਵਾਸ ਵੀ ਤੇ ਸਿੱਖਿਆ ਦਾ ਪ੍ਰਸਾਰ ਵੀ ਠੀਕ ਹੈ ਜੀ ਮਨੁੱਖੀ ਪੂੰਜੀ ਨਿਰਮਾਣ ਦਾ ਨਾਇਕ ਹੇਠ ਲਿਖਿਆਂ ਵਿੱਚ ਕਿਹੜਾ ਹੈ ਤਾਂ ਦੋਸਤੋ ਇਹ ਤਿੰਨੋਂ ਹੈਗੇ ਆ ਠੀਕ ਹੈ ਜੀ ਬਾਕੀ ਅਗਰ ਹੋ ਸਕਦਾ ਤਾਂ ਦੋਸਤੋ ਜਿਆਦਾ ਇੰਪੋਰਟੈਂਟ ਮੇਨ ਆਹੀ ਹੁੰਦਾ ਸਿੱਖਿਆ ਦਾ ਪ੍ਰਸਾਰ ਠੀਕ ਹੈ ਜੀ ਸਿੱਖਿਆ ਦਾ ਪ੍ਰਸਾਰ ਹੀ ਇੱਕ ਮੇਨ ਆ ਬਾਕੀ ਦੋਸਤੋ ਆ ਵੀ ਇਹਨਾਂ ਦੇ ਨਾਲ ਹੋਣਗੇ ਠੀਕ ਹੈ ਜੀ ਜਿੱਥੇ ਤੱਕ ਮੈਨੂੰ ਲੱਗਦਾ ਠੀਕ ਹੈ ਤੇ ਉਸ ਤੋਂ ਬਾਅਦ ਇਹ ਦੋਸਤੋ ਭਾਰਤ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਬੇਰੋਜ਼ਗਾਰੀ ਪਾਈ ਜਾਂਦੀ ਹੈ ਤਾਂ ਦੋਸਤੋ ਮੌਸਮੀ ਬੇਰੋਜ਼ਗਾਰੀ ਠੀਕ ਹੈ ਜੀ ਤਾਂ ਇਸ ਦਾ ਅਨਸਰ ਦੇਖ ਲਿਨਿਆ ਹਾਂ ਹਾਂਜੀ ਤਾਂ ਇਹ ਹੈਗਾ ਦੋਸਤੋ ਆਪਣਾ ਮੌਸਮੀ ਬੇਰੋਜ਼ਗਾਰੀ ਇਹ ਆਪਸ਼ਨ ਆ ਜਾਏਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੈ ਦੋਸਤੋ ਆਪਣਾ ਇਹ ਹੋ ਗਿਆ ਸੀਗਾ ਭਾਰਤ ਵਿੱਚ ਇਹ ਵੀ ਹੋ ਗਿਆ ਆ ਵੀ ਹੋ ਗਿਆ ਹਾਂਜੀ ਤਾਂ ਦੋਸਤੋ ਇਸ ਤੋਂ ਬਾਅਦ ਹੈ ਆਪਣਾ ਅਗਲਾ ਕੁਐਸਚਨ ਕਿ ਭਾਰਤ ਵਿੱਚ ਜਿਹੜਾ ਹੈਗਾ ਵਾ हेठ लिखियों ऊर्जा का एक महत्वपूर्ण रवायती स्रोत है तो दोस्तों पैट्रोलीयम भी आ कोला भी आ कुदरती गैस भी या। यानी कि यह सारे ही है ठीक है एक बार देख लिने हाँ जी तो दोस्तों सारे है डी ऑप्शन इसका राइट आंसर हो जाएगा ठीक है जी अगला प्रश्न है कि दो चरकार हेठ लिखिया ਵਿੱਚੋਂ ਜਿਹੜਾ ਹੈਗਾ ਸਹਿਸੰਬੰਧਿਤ ਦੀ ਕਿਹੜੀ ਕਿਸਮ ਹੁੰਦੀ ਹੈ ਠੀਕ ਹੈ ਜੀ ਤਾਂ ਦੋ ਚਾਰ ਵਿਚਕਾਰ ਹੇਠ ਲਿਖਿਆਂ ਵਿੱਚੋਂ ਸਹਿਸੰਬੰਧਿਤ ਦੀ ਕਿਹੜੀ ਕਿਸਮ ਹੁੰਦੀ ਹੈ ਠੀਕ ਹੈ ਜੀ ਤਾਂ ਇਸ ਦਾ ਦੋਸਤੋ ਦੇਖ ਲਓ ਜਿੱਥੇ ਤੱਕ ਮੈਨੂੰ ਲੱਗਦਾ ਇਸ ਦਾ ਆਨਸਰ ਕੀ ਹੋਣਾ ਚਾਹੀਦਾ ਵਾ ਤਾਂ ਏ ਆਪਸ਼ਨ ਬੀ ਆਪਸ਼ਨ ਜਾਂ ਕੋਈ ਸਹਿਸੰਬੰਧ ਨਹੀਂ ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਠੀਕ ਹੈ ਜੀ ਤਾਂ ਦੋਸਤੋ ਇਸ ਦਾ ਆਨਸਰ ਅਗਰ ਤੁਹਾਨੂੰ ਪਤਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਕਿਉਂਕਿ ਆਹ ਦੇਖ ਸਕਦੇ ਹੋ ਸਟੂਡੈਂਟ ਨੇ ਇੱਥੇ ਇਹ ਛੱਡਿਆ ਹੋਇਆ ਵਾ ਠੀਕ ਹੈ ਜੀ ਤੇ ਇਥੇ ਇਹਨਾਂ ਨੇ ਛੱਡਿਆ ਹੋਇਆ ਵਾ ਤੇ ਇਸ ਦਾ ਆਨਸਰ ਕਰ ਤੁਹਾਨੂੰ ਪਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਠੀਕ ਹੈ ਜੀ ਇਸ ਦਾ ਆਨਸਰ ਇਹਨਾਂ ਦੇ ਵਿੱਚੋਂ ਕਿਹੜਾ ਹੈ ਤੇ ਅੱਗੇ ਹੈ ਦੋਸਤੋ ਹੇਠਾਂ ਦਿੱਤੇ ਵਿੱਚੋਂ ਜਿਹੜੀ ਹੈਗੀ ਹੈ ਕਿਹੜੀ ਜਿਹੜੀ ਹੈਗੀ ਹੈ ਸੁਚਾ ਸੁਚਾਚਕ ਦੀ ਕਿਸਮ ਨਹੀਂ ਹੈ ਠੀਕ ਹੈ ਜੀ ਤਾਂ ਦੋਸਤੋ ਇਸ ਦਾ ਆਨਸਰ ਦੇਖ ਸਕਦੇ ਹਨ ਇਹਨਾਂ ਨੇ ਲੱਭਿਆ ਵਾ ਕਿ ਨਹੀਂ ਦੇਖ ਲੈਣਾ ਸਟੂਡੈਂਟ ਨੇ ਤਾਂ ਨਹੀਂ ਜੀ ਦੋਸਤੋ ਇਹਨਾਂ ਨੇ ਇੱਥੇ ਇਸ ਦਾ ਆਨਸਰ ਵੀ ਨਹੀਂ ਲੱਭਿਆ ਵਾ ਠੀਕ ਹੈ ਜੀ ਤਾਂ ਇਹਦਾ ਆਨਸਰ ਕੀ ਹੈ ਕਿ ਹੇਠ ਦਿੱਤੇਆਂ ਵਿੱਚੋਂ ਕਿਹੜੀ ਜਿਹੜੀ ਹੈਗੀ ਹੈ ਸੁਚਾਂਕਕ हाँ जी सुचांक की किस्म नहीं है ठीक है जी रहन सहन की लागत सुचाक या फिर आम कीमत सुचाक या थोक कीमत संचाक या फिर कीमत संचाक नंबर ठीक है जिथे तक दोस्तों मैं लगता कि आह जे है इन्हेंदा ए भी हैगी है ठीक है जी तो ये भी है ये भी हैगी बाकी दोस्तों जिथे तक मैं लगता कि जोड़ा है कीमत सुचाचक नंबर है ठीक है जी यू शायद लगता कि यह नहीं होएगी बाकी कन्फर्म ਤੁਹਾਨੂੰ ਅਗਰ ਪਤਾ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦਿਓ ਠੀਕ ਹੈ ਜੀ ਤੇ ਹੁਣ ਅਗਲਾ ਦੋਸਤੋ ਕੁਐਸਚਨ ਦੂਸਰਾ ਹੈ ਤੁਹਾਡਾ ਸ਼੍ਰੋਤ ਅਧਾਰਿਤ ਪ੍ਰਸ਼ਨ ਹਨ ਤਾਂ ਇਹਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ ਸਕਰੀਨ ਨੂੰ ਰੋਕੋ ਇੱਥੋਂ ਤੋਂ ਲੈ ਕੇ ਇੱਥੇ ਤੱਕ ਇੱਥੇ ਤੱਕ ਚੰਗੀ ਤਰ੍ਹਾਂ ਪੜ ਲਓ ਠੀਕ ਹੈ ਜੀ ਫਿਰ ਇਹਨਾਂ ਤੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ ਥੱਲੇ ਠੀਕ ਹੈ ਸਭ ਤੋਂ ਪਹਿਲਾਂ ਮੈਂ ਵੀ ਸਕਰੀਨ ਰੋਕੇ ਪੜ ਲੈਂਦਾ ਦੋਸਤੋ ਮੈਂ ਪੜ ਲਿਆ ਵਾ ਤੇ ਹੁਣ ਤੁਹਾਨੂੰ ਦੱਸ ਦੇਣਾ ਕਿ ਕੀ ਹੈ ਦੇਖੋ ਪਹਿਲਾ ਪ੍ਰਸ਼ਨ ਕੀ ਹੈ ਕਿ ਸਿੱਖਿਆ ਕੀ ਹੈ ਤਾਂ ਦੋਸਤੋ ਦੇਖੋ ਸਿੱਖਿਆ ਗਿਆਨ ਪ੍ਰਦਾਨ ਕਰਨ ਅਤੇ ਹੁਨਰ ਵਧਾਉਣ ਅਤੇ ਮ ਹਾਂ ਠੀਕ ਹੈ ਜੀ ਤੇ ਅਗਲਾ ਪ੍ਰਸ਼ਨ ਕੀ ਹੈ ਕਿ ਭਾਰਤ ਵਿੱਚ 1951 ਵਿੱਚ ਸੱਖਰਤਾ ਦਰ ਕਿੰਨੀ ਸੀਗੀ ਠੀਕ ਹੈ ਜੀ ਤਾਂ 1951 ਵਿੱਚ ਭਾਰਤ ਵਿੱਚ ਜਿਹੜੀ ਹੈਗਾ ਸੱਖਰਤਾ ਦਰ ਦੋਸਤੋ ਉਹ ਸਿਰਫ 18.3% ਸੀ ਠੀਕ ਹੈ ਜੀ ਤਾਂ ਅੱਗੇ ਭਾਰਤ ਵਿੱਚ 2011 ਵਿੱਚ ਕਿਸ ਰਾਜ ਵਿੱਚ ਸਭ ਤੋਂ ਵੱਧ ਸੱਖਰਤਾ ਦਰ ਸੀਗੀ ਤਾਂ ਦੋਸਤੋ ਦੇਖੋ ਜਿਹੜਾ ਹੈਗਾ ਵਾ ਇਹਦਾ ਆਨਸਰ ਜਿਹੜਾ ਹੈਗਾ ਵਾ ਇੱਥੇ ਹੀ ਆਪਾਂ ਲੱਭਿਆ ਸੀਗਾ ਤਾਂ ਇਸ ਦਾ ਇਸ ਵਿੱਚ ਦੋਸਤੋ ਆ ਦੇਖ ਸਕਦੇ ਹੋ ਕਿ 2011 ਵਿੱਚ ਸਭ ਤੋਂ ਵੱਧ ਸੱਖਰਤਾ ਦਰ ਕੇਰਲ ਲਈ 93. 9% ਸੀਗਾ ਠੀਕ ਹੈ ਜੀ ਤਾਂ ਕੇਰਲ ਦੇ ਵਿੱਚ ਸੀਗਾ ਦੋਸਤੋ ਕੇਰਲ ਲਈ ਦੋਸਤੋ ਜਿਹੜਾ ਹੈਗਾ ਵਾ ਇਸ ਦਾ ਆਨਸਰ ਆ ਜਾਏਗਾ ਠੀਕ ਹੈ ਜੀ ਤਾਂ 2011 ਵਿੱਚ ਕਿਸ ਰਾਜ ਵਿੱਚ ਸਭ ਤੋਂ ਵੱਧ ਸਖਰਤਾ ਦਰ ਸੀਗੀ ਤਾਂ ਦੋਸਤੋ ਉਹ ਸੀਗੀ ਆਪਣੀ ਕੇਰਲ ਦੇ ਵਿੱਚ ਠੀਕ ਹੈ ਜੀ ਆ ਰਿਹਾ ਕੇਰਲ ਲਈ ਠੀਕ ਹੈ ਤੇ ਅੱਗੇ ਹੈ ਦੋਸਤੋ ਆਪਣਾ ਇੱਥੇ ਲਿਖਿਆ ਹੈ ਨਾ 2011 ਵਿੱਚ ਸਭ ਤੋਂ ਵੱਧ ਸਖਰਤਾ ਦਰ ਕੇਰਲ ਠੀਕ ਹੈ ਜੀ ਤਾਂ ਕੇਰਲ ਦੇ ਵਿੱਚ ਆ ਜਾਏਗਾ ਤੇ ਅੱਗੇ ਕੇਰਲ ਮਤਲਬ ਦੋਸਤੋ ਇਹ ਇੱਕ ਸਟੇਟ ਹੈ ਜਿਵੇਂ ਆਪਣਾ ਪੰਜਾਬ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦੇਣਾ ਤੇ ਅੱਗੇ ਹੈ ਦੋਸਤੋ ਆਪਣਾ ਅਗਲਾ ਪ੍ਰਸ਼ਨ कि भाई दो हज़ार ग्यारह सखरता दर किसी ठीक दे है जी तो दो हज़ार ग्यारह दोस्तों पाबेज सखरता दर छिहत्तर पॉइंट सत्त प्रतिशत सीक है जी तो अगला प्रश्न हूँ देखते हैं वस्तुनिष्ठ प्रश्न हाँ तो देखो दोस्तों केंद्र की मशहूर किताब कि है ठीक है जी तो इस आंसर देख सकते हो तो दोस्तों देखो अपना केन्द उसका पूरा नाम की है कि जॉन मैनारैड किन्स ठीक है जी तो इस है हैगी मशहूर किताब डैश द्वारा लेखक है तो जोन यह है तो इसकी किताब का नाम की है रुजगार का एक आम सिद्धांत यह इसकी किताब का नाम है तो इंग्लिश इस कहेंगे जरनल थ्योरी ऑफ इंप्लॉयमेंट द फेमस बुक डैश इज ऑथर्ड बाय जॉन माइंड केन्स ता दोस्तों इसदा आ जाएगा जर्नल थ्योरी ऑफ इन एम्प्लॉयमेंट जिस नु आपा पंजाबी दे विच कहवांगे रोजगार दा एक आम सिद्धांत जो की काफी ज्यादा फेमस बुक है केडी केन्स दी, दी। ठीक है जी आज इथे लिखया ना केन्स दी मशहूर किताब केडी है ता ही है ता आगे दोस्तों वटांदरे दी जेडी के वाटर प्रणाली की है ठीक है जी ता इस आंसर भी देख लेनेया ता चलो ਥੱਲੇ ਤਾਂ ਦੇਖੋ ਵਾਟਰ ਸਿਸਟਮ ਵਿਪਾਰ ਦਾ ਇੱਕ ਤਰੀਕਾ ਹੈ ਜਿਸ ਵਿੱਚ ਪੈਸੇ ਦੀ ਵਰਤੋਂ ਕੀਤੇ ਬਿਨਾ ਵਸਤੂਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ ਠੀਕ ਹੈ ਜੀ ਇਹ ਇਸ ਦਾ ਆਨਸਰ ਹੋ ਜਾਏਗਾ ਅੱਗੇ ਹੈ ਦੋਸਤੋ ਭਾਰਤ ਦੀ ਕੇਂਦਰੀ ਬੈਂਕ ਕਿਹੜੀ ਹੈ ਤਾਂ ਦੋਸਤੋ ਇਹ ਤਾਂ ਬੱਚੇ-बच्चे ਨੂੰ ਪਤਾ ਹੈ ਕਿ ਭਾਰਤ ਦੀ ਜਿਹੜੀ ਹੈਗੀ ਆ ਕੇਂਦਰੀ ਬੈਂਕ ਉਹ ਰਿਜ਼ਰਵ ਬੈਂਕ ਦੇਸ਼ ਦਾ ਜਿਹੜਾ ਹੈਗਾ ਵਾ ਉਹ ਕੇਂਦਰੀ ਬੈਂਕ ਹੈ ਯਾਨਕਿ ਆਰਬੀਆਈ ਠੀਕ ਹੈ ਜੀ ਤੇ ਅੱਗੇ ਹੈ ਦੋਸਤੋ ਕੁੱਲ ਮੰਗ ਕੀ ਹੈ ਤਾਂ ਦੇਖੋ ਸੋ ਦੋਸਤੋ ਕੁੱਲ ਮੰਗ ਦੀ ਦੇਖੋ ਦੋਸਤੋ ਕੁੱਲ ਮੰਗ ਦੇ ਅਰਥ ਵਿਆਖਿਆ ਕਰੋ ਤਾਂ ਦੇਖੋ ਦੋਸਤੋ ਭਾਅ ਕੀ ਹੈ ਤਾਂ ਇਸ ਦਾ ਆ ਤਾਂ ਦੋਸਤੋ ਦੇਖੋ ਸਮੁੱਚੀ ਮੰਗ ਦਾ ਅਰਥ ਯਾਨਕੀ ਅਰਥ ਵਿਵਸਥਾ ਵਿੱਚ ਅੰਤਿਮ ਵਸਤੂਆਂ ਅਤੇ ਸੇਵਾਵਾਂ ਦੀ ਕੁੱਲ ਮੰਗ ਹੈ ਠੀਕ ਹੈ ਜੀ ਇਹ ਇਸ ਦਾ ਮਤਲਬ ਹੋ ਜਾਏਗਾ ਜਦੋਂ ਘੱਟ ਮੰਗ ਹੁੰਦੀ ਹੈ ਤਾਂ ਦੋਸਤੋ ਅੱਗੇ ਹੈ ਆਪਣਾ ਹਾਂ ਇਹ ਤਾਂ ਘੱਟ ਮੰਗ ਵਾਲੀ ਆ ਗਈ ਤੇ ਅੱਗੇ ਦੋਸਤੋ ਆਪਣਾ ਘੱਟ ਮੰਗ ਦੀ ਸਮੱਸਿਆ ਦੀ ਕੀ ਸਮੱਸਿਆ ਇੱਥੇ ਮਿਸਿੰਗ ਕੀ ਘੱਟ ਮੰਗ ਦੀ ਸਮੱਸਿਆ ਕੀ ਹੈ ਇੱਥੇ ਇਹੀ ਹੋਏਗਾ ਮੇਰੇ ਹਿਸਾਬ ਨਾਲ ਇੱਥੇ ਮਿਸਿੰਗ ਪ੍ਰਿੰਟ ਦਾ ਕੁਐਸਚਨ ਪੇਪਰ ਦੇ ਵਿੱਚ ਠੀਕ ਹੈ ਜੀ ਤਾਂ ਕੁੱਲ ਮੰਗ ਵੀ ਹੋ ਗਿਆ ਘੱਟ ਮੰਗ ਦੀ ਸਮੱਸਿਆ ਕੀ ਹੈ ਤਾਂ ਦੇਖੋ ਦੋਸਤੋ ਜਦੋਂ ਜਿਹੜੀ ਹੈਗੀ ਘੱਟ ਮੰਗ ਹੁੰਦੀ ਹੈ ਤਾਂ ਦੋਸਤੋ ਕੀ ਹੁੰਦਾ ਹੈ ਤਾਂ ਦੇਖੋ ਦੋਸਤੋ ਮੰਗ ਦੀ ਕਮੀ ਵਿੱਚ ਕਾਰਨ ਸੰਤੁਲਨ ਜਿਹੜਾ ਹੈਗਾ ਠੀਕ ਹੈ ਜੀ ਮੰਗ ਵਿੱਚ ਜਿਹੜੀ ਹੈਗੀ ਕਮੀ ਦੇ ਕਾਰਨ ਸੰਤੁਲਨ ਕੀਮਤ ਵਿੱਚ ਗਿਰਾਵਟ ਆਵੇਗੀ ਸਪਲਾਈ ਕੀਤੀ ਮਾਤਰਾ ਘਟ ਜਾਵੇਗੀ ਸਪਲਾਈ ਵਿੱਚ ਜਿਹੜਾ ਹੈਗਾ ਵਾਧਾ ਅਤੇ ਹੋਰ ਸਾਰੀਆਂ ਚੀਜ਼ਾਂ ਵਿੱਚ ਕੋਈ ਬਦਲਾਅ ਨਹੀਂ ਸੰਤੁਲਨ ਮੁੱਲ ਨਿਗਨਦਾ ਦੋਸਤੋ ਕਾਰਨ ਬਣੇਗਾ ਮੰਗ ਕੀਤੀ ਜਿਹੜੀ ਹੈਗੀ ਮਾਤਰਾ ਵਧੇਗੀ ਠੀਕ ਹੈ ਜੀ ਤਾਂ ਇਸ ਅਨਸਰ ਇਹ ਹੋ ਜਾਏਗਾ ਅੱਗੇ ਦੋਸਤੋ ਆਪਣਾ ਘਾਟੇ ਦਾ ਬਜਟ ਕੀ ਹੈ ਠੀਕ ਹੈ ਜੀ ਤਾਂ ਘਾਟੇ ਦਾ ਬਜਟ ਕੀ ਹੈ ਦੇਖ ਲੈਣੇ ਇਹਦਾ ਘਾਟੇ ਦਾ ਬਜਟ ਕਲਾਸ 12ਵੀਂ ਲਈ ਕੀ ਹੈ ਤਾਂ ਦੇਖੋ ਉੱਤਰ ਜੇਕਰ ਬਜਟ ਦੀਆਂ ਪ੍ਰਾਪਤੀਆਂ ਬਜਟ ਖਰਚ ਤੋਂ ਘੱਟ ਹੋਣ ਤਾਂ ਬਜਟ ਨੂੰ ਘਾਟੇ ਵਾਲਾ ਜਿਹੜਾ ਹੈਗਾ ਬਜਟ ਕਿਹਾ ਜਾਂਦਾ ਹੈ ਠੀਕ ਹੈ ਜੀ ਅਗਲੇ ਪ੍ਰਸ਼ਨ ਕੀ ਹੈ ਕਿ ਕਿਸ ਦੇਸ਼ ਲਈ ਵਪਾਰ ਦਾ ਸੰਤੁਲਨ ਕਦੋਂ ਅਨੁਕੂਲ ਹੁੰਦਾ ਹੈ ਕਿਸੇ ਦੇਸ਼ ਲਈ ਜਿਹੜਾ ਹੈਗਾ ਵਪਾਰ ਦਾ ਸੰਤੁਲਨ ਅਨੁਕੂਲ ਹੁੰਦਾ ਹੈ ਤਾਂ ਇਸ ਦਾ ਅੰਸ਼ਰ ਵੀ ਦੇਖ ਲੈਣੇ ਆ ਤਾਂ ਦੋਸਤੋ ਜੇਕਰ ਕਿਸੇ ਦੇਸ਼ ਦਾ ਜਿਹੜਾ ਹੈਗਾ ਨਿਰਿਆਤ ਇਸ ਦੇ ਆਯਾਤ ਤੋਂ ਵੱਧ ਜਾਂਦਾ ਹੈ ਤਾਂ ਦੇਸ਼ ਨੂੰ ਵਪਾਰ ਦਾ ਅਨੁਕੂਲ ਸੰਤੁਲਨ ਜਾਂ ਫਿਰ ਵਪਾਰ ਸਰਪਲਸ ਕਿਹਾ ਜਾਂਦਾ ਹੈ ਇਸ ਦੇ ਉਲਟ ਜੇਕਰ ਦੋਸਤੋ ਦਰਾਮਾਦ ਨਿਰਿਆਤ ਤੋਂ ਵੱਧ ਜਾਂਦਾ ਹੈ ਤਾਂ ਵਪਾਰ ਦਾ ਪ੍ਰਤੀਕੂਲ ਜਿਹੜਾ ਹੈਗਾ ਸੰਤੁਲਨ ਜਾਂ ਫਿਰ ਵਪਾਰ ਕਾਟਾ ਮੌਜੂਦ ਹੁੰਦਾ ਹੈ ਠੀਕ ਹੈ ਜੀ ਤੇ ਆਪਣਾ ਅਗਲਾ ਪ੍ਰਸ਼ਨ ਕੀ ਹੈ ਕਿ ਭਾਰਤ ਵਿੱਚ ਪਹਿਲੀ 5 ਸਾਲ ਯੋਜਨਾ ਦਾ जहाँ है समा की सगा ठीक है जी तो इसका आंसर भी देख लिने कि भारत की जी पहली पांच साल योजना अप्रैल उन्नी सौ इकवंजा तो मार्च उन्नीस सौ छपंजा तक की म्याद् कवर करती है दूजी पांच साल योजना अप्रैल उन्नीस सौ छपंजा तो मार्च उन्नीस सौ इकाहठ तक की म्यादू कवर करती है ठीक है जी तो ये इसका आंसर हो जाएगा तो अगला प्रश्न देख लें हाँ जी घटो तो घट समर्थन मुल की है ठीक है जी तो इस देख लिने यानी कि मिनीम सपोर्ट प्राइस जिन्होंने आप ਸ਼ਾਰਟ ਫਾਰਮ ਦੇ ਵਿੱਚ ਐਮਐਸਪੀ ਕਿੰਨੇ ਆ ਠੀਕ ਹੈ ਜੀ ਘੱਟੋ ਘਾਟਾ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਕੁਝ ਖੇਤੀਬਾੜੀ ਉਤਪਾਦਨ ਲਈ ਦੋਸਤੋ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਗਈ ਘੱਟੋ ਘਾਟਾ ਕੀਮਤ ਹੈ ਜਿਸ ਤੇ ਉਤਪਾਦ ਸਿੱਧੇ ਕਿਸਾਨਾਂ ਤੋਂ ਖਰੀਦੇ ਜਾਣਗੇ ਜੇਕਰ ਖੁੱਲੇ ਬਾਜ਼ਾਰ ਦੀਆਂ ਕੀਮਤਾਂ ਲਗਤ ਤੋਂ ਘੱਟ ਹਨ ਠੀਕ ਹੈ ਜੀ ਤਾਂ ਇਸ ਦਾ ਆਨਸਰ ਹੋ ਜਾਏਗਾ ਅੱਗੇ ਦੋਸਤੋ ਆਜ਼ਾਦ ਭਾਰਤ ਦੀ ਪਹਿਲੀ ਉਦਯੋਗਿਕ ਨੀਤੀ ਕਦੋਂ ਕੋਸ਼ਿਧਿਤ ਕੀਤੀ ਗਈ ਸੀ ਠੀਕ ਹੈ ਜੀ ਤਾਂ ਇਸ ਦਾ ਆਨਸਰ ਵੀ ਦੇਖ ਲੈਨੇ ਆ ਤਾਂ ਆਹ ਰਿਹਾ ਦੋਸਤੋ ਭਾਰਤ ਵਿੱਚ ਪਹਿਲੀ ਉਦਯੋਗਕ ਨੀਤੀ 1948 ਵਿੱਚ ਆਜ਼ਾਦੀ ਤੋਂ ਬਾਅਦ ਘੋਸ਼ਿਤ ਕੀਤੀ ਗਈ ਸੀ ਇਹ ਜਿਹੜੀ ਹੈਗੀ ਆ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੁਆਰਾ ਜਿਹੜੀ ਹੈਗੀ ਪੇਸ਼ ਕੀਤੀ ਗਈ ਸੀ ਠੀਕ ਹੈ ਤੇ ਅਗਲਾ ਪ੍ਰਸ਼ਨ ਆਪਣਾ ਕੀ ਹੈ ਹਾਂਜੀ ਤਾਂ ਆ ਸੀਗਾ ਨਿੱਜੀਕਰਨ ਦੀ ਪਰਿਭਾਸ਼ਾ ਦੇਵਤਾ ਨਿੱਜੀਕਰਨ ਦੀ ਪਰਿਭਾਸ਼ਾ ਦੇਖ ਲੈਣੇ ਆ ਤਾਂ ਦੇਖੋ ਦੋਸਤੋ ਨਿੱਜੀਕਰਨ ਦੀ ਪਰਿਭਾਸ਼ਾ ਕਲਾਸ ਬਰਮੀ ਲਈ ਕੀ ਹੈ ਤਾਂ ਇਸ ਦਾ ਮਤਲਬ ਹੈ ਕਿ ਨਿੱਜੀ ਖੇਤਰ ਨੂੰ ਜਨਤਕ ਖੇਤਰ ਦੇ ਉਦਮਾ ਦੀ ਮਾਲਕੀ ਪ੍ਰਬੰਧਨ ਅਤੇ ਨਿਯੰਤਰਣ ਦਾ ਤਬਦਲਾ ਠੀਕ ਹੈ ਜੀ ਨਿੱਜੀਕਰਨ ਕਈ ਚੀਜ਼ਾਂ ਦਾ ਸੁਝਾਅ ਦੇ ਸਕਦਾ ਹੈ ਜਿਸ ਵਿੱਚ ਜਨਤਕ ਖੇਤਰਾਂ ਤੋਂ ਨਿੱਜੀ ਖੇਤਰ ਵਿੱਚ ਕਿਸੇ ਚੀਜ਼ ਦਾ ਪ੍ਰਵਾਸ ਸ਼ਾਮਿਲ ਹੈ ਠੀਕ ਹੈ ਜੀ ਤੇ ਅਗਲਾ ਅਗਲਾ ਪ੍ਰਸ਼ਨ ਹੈ ਦੋਸਤੋ ਬੁਨਿਆਦੀ ਢਾਂਚਾ ਜਾਂ ਇਹ ਨੂੰ ਇੰਗਲਿਸ਼ ਦੇ ਵਿੱਚ ਕਹਾਂਗੇ ਇਨਫਰਾਸਟ੍ਰਕਚਰ ਠੀਕ ਹੈ ਜੀ ਤਾਂ ਦੇਖੋ ਬੁਨਿਆਦੀ ਢਾਂਚਾ ਕੀ ਹੈ ਤਾਂ ਦੇਖੋ ਦੋਸਤੋ ਬੁਨਿਆਦੀ ਢਾਂਚੇ ਵਿੱਚ ਜਿਹੜੀ ਆਪਣੀਆਂ ਸੜਕਾਂ ਹੋਗੀਆਂ ਸੰਚਾਰ ਦੇ ਸਾਧਨ ਹੋਗੇ ਜਿਵੇਂ ਕਿ ਆਪਾਂ ਗੱਲਬਾਤ ਕਰਦੇ ਹਾਂ ਫੋਨ ਵਗੈਰਾ ਇਹ ਸੰਚਾਰ ਦੇ ਸਾਧਨ ਹੀ ਨੇ ਠੀਕ ਹੈ ਜੀ ਆਵਾਜਾਈ ਦੀਆਂ ਸਹੂਲਤਾਂ ਉਦਯੋਗ ਪੁਲ ਡੈਮ ਬਿਜਲੀ ਹਸਪਤਾਲ ਤੇ ਸਕੂਲਾਂ ਸ਼ਾਮਿਲ ਹਨ ਠੀਕ ਹੈ ਜੀ ਇਨਫਰਾਸਟ੍ਰਕਚਰ ਦਾ ਮਤਲਬ ਇਹੀ ਹੁੰਦਾ ਠੀਕ ਹੈ ਜਿਹੜੀਆਂ ਸਾਨੂੰ ਸਹੂਲਤਾਂ ਮਿਲਦੀਆਂ ਨੇ ਰੋਡ ਦੀਆਂ ਸਹੂਲਤਾਂ ਡੈਮ ਦੀਆਂ ਸਹੂਲਤਾਂ ਠੀਕ ਹੈ ਜੀ ਸਕੂਲ ਹਸਪਤਾਲ ਹੋਗੇ ਠੀਕ ਹੈ ਜੀ ਇਹ ਨਿਵੇਸ਼ ਅਤੇ ਉਤਪਾਦਨ ਵਰਗੀਆਂ ਗਤੀਵਿਧੀਆਂ ਨੂੰ ਉਚਾਹਿਤ ਕਰਕੇ ਆਧੇਵਿਕਾਸ ਹੁੰਦੇ ਹਨ ਅਗੇ ਦੋਸਤੋ ਆਪਣਾ ਭਾਰਤ ਵਿੱਚ ਜਿਹੜਾ ਹੈਗਾ ਵਾ ਹਾਂਜੀ ਸੌਰੀ ਇੱਥੇ ਦੇਖਦੇ ਆ ਭਾਰਤ ਵਿੱਚ ਜਿਹੜਾ ਹੈਗਾ ਰਾਸ਼ਟਰੀ ਸਿਹਤ ਮਿਸ਼ਨ ਦਾ ਮੁੱਲ ਉਦੇਸ਼ ਕੀ ਹੈ ਠੀਕ ਹੈ ਜੀ ਮੁੱਲ ਉਦੇਸ਼ ਦੇਖ ਲੈਣੇ ਆ ਸਭ ਤੋਂ ਪਹਿਲਾਂ ਤਾਂ ਦੇਖੋ ਦੋਸਤੋ ਭਾਰਤ ਵਿੱਚ ਜਿਹੜਾ ਹੈਗਾ ਵਾ ਮਿਸ਼ਨ ਹਾਂਜੀ ਤਾਂ ਦੇਖੋ ਦੋਸਤੋ ਜਿਹੜਾ ਮਿਸ਼ਨ ਹੈ ਨਾ ਭਾਰਤੀ ਕਿਹੜਾ ਸੀਗਾ ਸਿਹਤ ਸੰਭਾਲ ਇਸ ਦਾ ਨਾਮ ਦੇਖ ਲੈਣੇ ਮਿਸ਼ਨ ਦਾ ਕੀ ਨਾਮ ਹੈ ਤਾਂ ਦੋਸਤੋ ਇਸ ਦਾ ਨਾਮ ਸੀਗਾ ਆਪਣਾ ਭਾਰਤ ਵਿੱਚ ਜਿਹੜਾ ਹੈਗਾ ਰਾਸ਼ਟਰੀ ਸਿਹਤ ਮਿਸ਼ਨ ਦਾ ਮੁੱਲ ਉਦੇਸ਼ ਕੀ ਹੈ ਤਾਂ ਇਸ ਦਾ ਅਨਸਰ ਦੇਖ ਲਓ ਹਾਂਜੀ ਆ ਰਿਹਾ ਤਾ ਦੋਸਤੋ ਮਿਸ਼ਨ ਦਾ ਨਾ ਟੀਚਾ ਲੋਕਾਂ ਦੁਆਰਾ ਮਿਆਰੀ ਸਿਹਤ ਸੰਭਾਲ ਦੀ ਉਪਲਬਧਤਾ ਅਤੇ ਪਹੁੰਚ ਵਿੱਚ ਸੁਧਾਰ ਕਰਨਾ ਹੈ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਗਰੀਬਾਂ ਅਤੇ ਔਰਤਾਂ ਲਈ ਬੱਚਿਆਂ ਲਈ ਠੀਕ ਹੈ ਜੀ ਤਾਂ ਇਸ ਦਾ ਇਹ ਮੇਨ ਉਦੇਸ਼ ਹੈ ਅਗੇ ਦੋਸਤੋ ਸਹਿਸੰਬੰਧ ਠੀਕ ਹੈ ਜੀ ਕੀ ਹੈ ਠੀਕ ਹੈ ਤਾਂ ਇਸ ਦਾ ਆਨਸਰ ਵੀ ਦੇਖ ਲੈਣੇ ਆ ਤਾਂ ਸਹਿਸੰਬੰਧ ਜਿਹਨੂੰ ਇੰਗਲਿਸ਼ ਦੇ ਵਿੱਚ ਸ਼ਾਇਦ ਕੋਰਿਲੇਸ਼ਨ ਕਹਿੰਦੇ ਹਨ ਤਾਂ ਦੇਖੋ ਸਹਿਸੰਬੰਧ ਸਹਿਸੰਬੰਧ ਸੰਖਿਆ ਕੀ ਦਾਈ ਇਹ ਉਹ ਵਿਧੀ ਹੈ ਜਿਸ ਨਾਲ ਦੋਸਤੋ ਜਿਹੜਾ ਹੈਗਾ ਵਾ ਵੱਖ-ਵੱਖ ਚਰਾਂ ਦੇ ਆਪਸੀ ਸਬੰਧ ਦਾ ਅਧਿਐਨ ਕੀਤਾ ਜਾਂਦਾ ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਹੈ ਦੋਸਤੋ ਆਧਾਰ ਸਾਲ ਕੀ ਹੈ ਯਾਨਕਿ ਬੇਸイヤー ਕੀ ਹੈ ਤਾਂ دیکھتے ہیں ਇਸ ਦਾ ਅਨਸਰ ਵੀ ਤਾਂ ਆਹ ਰਿਹਾ ਦੋਸਤੋ ਇਸ ਦਾ ਅਨਸਰ ਆ ਰਿਹਾ ਕਿ ਇੱਕ ਆਧਾਰ ਸਾਲ ਕੀ ਹੈ ਤਾਂ ਦੋਸਤੋ ਇੱਕ ਆਧਾਰ ਸਾਲ ਇੱਕ ਆਰਥਿਕ ਜਾਂ ਫਿਰ ਵਿੱਤੀ ਸੂਚਕਾਂਕ ਵਿੱਚ ਸਾਲਾਂ ਦੀ ਲੜੀ ਵਿੱਚੋਂ ਪਹਿਲਾ ਹੁੰਦਾ ਹੈ ਠੀਕ ਹੈ ਜੀ ਤਾਂ ਇਹ ਇਸ ਦਾ ਅਨਸਰ ਹੈ ਹੋ ਜਾਏਗਾ ਅੱਗੇ ਦੋਸਤੋ ਬਹੁਤ ਹੀ ਛੋਟੇ ਉਤਰਾਮੜੇ ਪ੍ਰਸ਼ਨ ਹਨ ਇਸ ਪ੍ਰਸ਼ਨ ਦੇ ਸਾਰੇ ਜਿਹੜੇ ਕਿ ਉਪ ਭਾਗ ਦੇ ਉੱਤਰ ਦਿਓ ਤਾਂ ਦੇਖੋ ਦੋਸਤੋ ਪ੍ਰਸ਼ਨਾਂ ਦੇ ਉੱਤਰ 10 ਤੋਂ 15 ਸ਼ਬਦਾਂ ਦੇ ਵਿੱਚ ਹੋ ਸਕਦੇ ਹਨ ਠੀਕ ਹੈ ਜੀ ਇਹ ਇੱਥੇ ਲਿਖਿਆ ਹੈ ਬਾ ਤੇ ਅੱਗੇ ਦੋਸਤੋ ਆਪਣਾ ਇਹਨਾਂ ਦੇ ਇਹੀ ਪ੍ਰਸ਼ਨ ਕਿ ਨਿਯਮਿਤ ਲਿਖਿਤ ਤੋਂ ਸ਼ੁੱਧ ਤੇ ਅਪਰਤਕ ਇਹ ਦੋਸਤੋ ਤੁਹਾਡਾ ਨੰਮਰਿਕਲ ਟਾਈਪ ਦੇ ਵਿੱਚ ਆ ਇਹ ਤੁਸੀਂ ਖੁਦ ਹੀ ਕਰਨਾ ਵਾ ਠੀਕ ਹੈ ਜੀ ਆਪਰਤਕ ਟੈਕਸ ਦਿੱਤਾ ਹੈ ਤੇ ਆਰਥਿਕ ਸਹਾਇਤਾ ਦਿੱਤੀ ਹੋਈ ਆ ਇਹ ਤੁਸੀਂ ਖੁਦ ਸੋਲਵ ਕਰਨਾ ਵਾ ਤੇ ਅਗਲਾ ਦੂਸਰਾ ਪ੍ਰਸ਼ਨ ਕੀ ਹੈ ਕਿ ਸੀਮਾਂਤ ਉਪਭੋਗ ਪਰਿਵਰਤੀ ਨੂੰ ਪਰਿਭਾਸ਼ਿਤ ਜਿਹ ਕਰੋ ਤਾਂ ਇਸ ਦਾ ਅਨਸਰ ਦੇਖ ਦਿੰਨੇ ਆਪਾਂ ਸਿਮਾਂਤ ਉਪਭੋਗ ਪਰਿਵਰਤੀ ਉਪਭੋਗ ਵਿੱਚ ਜਿਹੜਾ ਹੈਗਾ ਪਰਿਵਰਤਨ ਅਤੇ ਆਮਦਨ ਵਿੱਚ ਪਰਿਵਰਤਨ ਦੇ ਅਨੁਪਾਤ ਨੂੰ ਸਿਮਾਂਤ ਉਪਭੋਗ ਪਰਿਵਰਤੀ ਜਿਹੜਾ ਹੈਗਾ ਵਰਤੀ ਕਹਿੰਦੇ ਹਨ ਠੀਕ ਹੈ ਜੀ ਪ੍ਰੋਫੈਸਰ ਕੁਰੀਹਾਰਾ ਦੇ ਅਨੁਸਾਰ ਸਿਮਾਂਤ ਉਪਭੋਗ ਪਰਿਵਰਤੀ ਉਪਭੋਗ ਵਿੱਚ ਹੋਣ ਵਾਲੇ ਪਰਿਵਰਤਨ ਅਤੇ ਆਮਦਨ ਵਿੱਚ ਹੋਣ ਵਾਲੇ ਪਰਿਵਰਤਨ ਦਾ ਅਨੁਪਾਤ ਹੈ ਅਰਥਾਤ ਦੋਸਤੋ ਸਿਮਾਂਤ ਉਪਭੋਗ ਪਰਿਵਰਤੀ ਦਾ ਫਾਰਮੂਲਾ ਦੇਖੋ ਉਪਭਾਗ ਉਪਭੋਗ ਵਿੱਚ ਪਰਿਵਰਤਨ बटे ਦੋਸਤੋ ਆਮਦਨ ਵਿੱਚ ਪਰਿਵਰਤਨ ਠੀਕ ਹੈ ਜੀ ਏ ਇਸ ਅ ਹੋ ਜਾਏਗਾ ਅਗੇ ਦੋਸਤੋ ਆਪਣਾ 1991 ਵਿੱਚ ਭਾਰਤ ਦੁਆਰਾ ਅਪਣਾਈ ਗਈ ਨਵੀਂ ਆਰਥਿਕ ਨੀਤੀ ਤੋਂ ਤੁਹਾਡਾ ਕੀ ਭਾਵ ਹੈ ਤਾਂ ਦੇਖਦੇ ਹਾਂ ਦੋਸਤੋ ਸਾਲ 201991 ਵਿੱਚ ਭਾਰਤ ਦੁਆਰੇ ਜਿਹੜੀ ਹੈ ਅਪਣਾਈ ਗਈ ਨਵੀਂ ਆਰਥਿਕ ਨੀਤੀ ਕੀ ਹੈ ਤਾਂ ਦੇਖੋ 1991 ਦੀ ਭਾਰਤ ਦੀ ਨਵੀਂ ਆਰਥਿਕ ਨੀਤੀ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਣਾਉਣਾ ਬਾਜ਼ਾਰ ਦੀਆਂ ਪਾਬੰਦੀਆਂ ਨੂੰ ਹਟਾਉਣਾ ਤੇ ਦੁਨੀਆ ਭਰ ਵਿੱਚ ਵਸਤੂਆਂ ਸੇਵਾਵਾਂ ਪੂੰਜੀ ਮਨੁੱਖੀ ਬਸਤੀਆਂ ਤੇ ਟੈਕਨੋਲੋਜੀ ਦੇ ਵਤਾਂਦਰੇ ਨੂੰ ਵਧਾਉਣ ਤੇ ਕੇਂਦ੍ਰਿਤ ਹੈ ਠੀਕ ਹੈ ਜੀ ਇਸ ਤਰ੍ਹਾਂ ਇਹ ਜਿਹੜੀ ਹੈਗੀ ਆ ਅਰਥਚਾਰੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ ਠੀਕ ਹੈ ਜੀ ਤੇ ਅਗਲਾ ਪ੍ਰਸ਼ਨ ਕੀ ਹੈ ਆਪਣਾ ਕਿ ਭਾਰਤ ਦੇ ਵਿੱਚ ਜਿਹੜੀਆਂ ਕੋਈ ਦੋ ਸਮੱਸਿਆਵਾਂ ਅਤੇ ਮਨੁੱਖੀ ਪੂੰਜੀ ਨਿਰਮਾਣ ਦਾ ਤਰੀਕਾ ਲਿਖੋ ਭਾਰਤ ਵਿੱਚ ਕੋਈ ਦੋ ਸਮੱਸਿਆਵਾਂ ਠੀਕ ਹੈ ਜੀ ਤਾਂ ਹੁਣ ਕਿਸੇ ਦੀ ਸਮੱਸਿਆ ਪੁੱਛ ਰਹੇ ਹਨ ਪੂੰਜੀ ਨਿਰਮਾਣ ਦੀ ਸਮੱਸਿਆ ਪੁੱਛ ਰਹੇ ਹਨ ਤੇ ਤਰੀਕਾ ਵੀ ਉਸ ਦਾ ਹੀ ਪੁੱਛ ਰਹੇ ਹਨ ਠੀਕ ਹੈ ਤਾਂ ਇਸ ਨੂੰ ਆਪਾਂ ਇਹੀ ਮੰਨ ਕੇ ਕਰਾਂਗੇ ਠੀਕ ਹੈ ਭਾਰਤ ਵਿੱਚ ਹੁਣ ਕੋਈ ਦੋ ਸਮੱਸਿਆ ਹੁਣ ਕਿਹੜੀ ਸਮੱਸਿਆ ਦਸੀਏ ਤਾਂ ਆਪਾਂ ਪੂੰਜੀ ਨਿਰਮਾਣ ਦੀ ਸਮੱਸਿਆ ਨੂੰ ਹੀ ਦੱਸਾਂਗੇ ਚਲੋ ਦੇਖਦੇ ਹਾਂ ਤਾਂ ਦੇਖੋ ਦੋਸਤੋ ਭਾਰਤ ਵਿੱਚ ਮਨੁੱਖੀ ਪੂੰਜੀ ਨਿਰਮਾਣ ਦੀਆਂ ਸਮੱਸਿਆਵਾਂ ਕੀ ਹਨ ਤਾਂ ਦੇਖੋ ਦੋ ਇਹਨਾਂ ਨੇ ਕਿਹਾ ਸੀਗਾ ਆਪਾਂ ਦੋਹੀ ਕਰਾਂਗੇ ਭਾਰਤ ਵਿੱਚ ਮਨੁੱਖੀ ਪੂੰਜੀ ਨਿਰਮਾਣ ਦੀਆਂ ਸਮੱਸਿਆਵਾਂ ਮੁੱਖ ਸਮੱਸਿਆਵਾਂ ਇਹ ਹਨ ਵੱਧਦੀ ਆਬਾਦੀ ਠੀਕ ਹੈ ਜੀ ਵੱਧਦੀ ਆਬਾਦੀ ਮਨੁੱਖੀ ਪੂੰਜੀ ਦੀ ਗੁਣਵੱਤਾ ਤੇ ਬੁਰਾ ਪ੍ਰਭਾਵ ਪਾਉਂਦੀ ਹੈ ਇਹ ਮੌਜੂਦਾ ਸਹੂਲਤਾ ਦੀ ਦੋਸਤੋ ਪ੍ਰਤੀ ਵਿਅਕਤੀ ਉਪਲਬਧਤਾ ਨੂੰ ਘਟਾਉਂਦਾ ਹੈ ਠੀਕ ਹੈ ਜੀ ਅਗਲਾ ਹੈ ਦੂਸਰਾ ਕਿ ਉੱਚ ਖੇਤਰੀ ਅਤੇ ਲਿੰਗ ਠੀਕ ਹੈ ਜੀ ਖੇਤਰੀ ਖੇਤਰੀ ਅਤੇ ਲਿੰਗ ਅਸਮਾਨਤਾ ਮਨੁੱਖੀ ਵਿਕਾਸ ਦੇ ਪੱਧਰ ਨੂੰ ਘਟਾਉਂਦੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋਸਤੋ ਇਹਦੀ ਪੁੱਛਿਆ ਸੀਗਾ ਵੀ ਕੀ ਵੀ ਮੈਥਡ ਜਾਂ ਫਿਰ ਤਰੀਕੇ ਜਾਂ ਫਿਰ ਸਰੋਸਿਸ ਆਪਾਂ ਕਹਿ ਸਕਦੇ ਹਾਂ ਕਿ ਸਿੱਖਿਆ ਵਿੱਚ ਨਿਵੇਸ਼ ਨੂੰ ਮਨੁੱਖੀ ਪੂੰਜੀ ਦੇ ਮੁੱਖ ਸਰੋਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕੋਈ ਜਿਹੜਾ ਹੈਗਾ ਕਈ ਹੋਰ ਸਰੋਤ ਵੀ ਹਨ ਠੀਕ ਹੈ ਜੀ ਜਿਵੇਂ ਕਿ ਸਿਹਤ ਵਿੱਚ ਨਿਵੇਸ਼ ਨੌਕਰੀ ਤੇ ਸਿਖਲਾਈ ਪ੍ਰਵਾਸ ਅਤੇ ਜਾਣਕਾਰੀ ਮਨੁੱਖੀ ਪੂੰਜੀ ਨਿਰਮਾਣ ਦੇ ਹੋਰ ਸਰੋਤ ਹਨ ਜੇ ਇਸ ਦੇ ਤਰੀਕੇ ਵਗੈਰਾ ਜਾਂ ਫਿਰ स्रोत वगैरह आप कह सकते हैं जो कि ये लिखा ये कि दस सो, लिख है है कि दसो ठीक है तरीका या फिर स्रोत आप लिख देंगे ये अगे दोस्तों छोटे उत्तर वाले प्रश्न हैं पं प्रश्नों उत्तर दौता देखो दोस्तों आह सब तो पहला आह प्रश्न आदि आह ऑप्शन भी आप यही वाला करा सिर्फ दो खेतरी मॉडल में आमदन के चक्री प्रभाव का वर्णन करो तो देखो दोस्तों इस आंसर आप देख लिखे आ रहा दोस्तो भाई चित्र की सहायता दो खेतरी ਆ ਜਿਹੜਾ ਹੈਗਾ ਵਾ ਚੱਕਰੀ ਪ੍ਰਵਾਹ ਦੇ ਜਿਹੜਾ ਹੈਗਾ ਇਹਨੂੰ ਵਿਆਖਿਆ ਕਰੋ ਠੀਕ ਹੈ ਜੀ ਤਾਂ ਤੁਹਾਨੂੰ ਇਹ ਤਾਂ ਪਤਾ ਹੀ ਹੋਣਾ ਕਿ ਦੋ ਖੇਤਰੀ ਜਿਹੜਾ ਹੈਗਾ ਵਾ ਉਹਦੇ ਵਿੱਚ ਇੱਕ ਤਾਂ ਉਤਪਾਦਕ ਖੇਤਰ ਹੁੰਦਾ ਪ੍ਰੋਡਕਸ਼ਨ ਖੇਤਰ ਇੱਕ ਹੁੰਦਾ ਦੋਸਤੋ ਘਰੇਲੂ ਯਾਨੀ ਕਿ ਜਿਹੜਾ ਹੈਗਾ ਆਪਣਾ ਹੋਮ ਵਾਲਾ ਘਰ ਵਾਲਾ ਹੁੰਦਾ ਠੀਕ ਹੈ ਜੀ ਤਾਂ ਦੇਖੋ ਦੋਸਤੋ ਇਹਦੇ ਵਿੱਚ ਇਹਨਾਂ ਨੇ ਕਿਸ ਤਰ੍ਹਾਂ ਲਿਖਿਆ ਕਿ ਆਮਦਨ ਦੇ ਚੱਕਰੀ ਪ੍ਰਵਾਹ ਦੇ ਦੋ ਖੇਤਰੀ ਮਾਡਲ ਵਿੱਚ ਅਜਹੀ ਅਰਥਵਿਵਸਥਾ ਦਾ ਅਧਿਐਨ ਕੀਤਾ ਜਾਂਦਾ ਹੈ ਜਿਸ ਵਿੱਚ ਘਰੇਲੂ ਖੇਤਰ ਦੀਆਂ ਆਰਥਿਕ ਕਿਰਿਆਵਾਂ ਸ਼ਾਮਿਲ ਹੁੰਦੀਆਂ ਹਨ ਘਰੇਲੂ ਖੇਤਰ ਤੋਂ ਉਤਪਾਦਨ ਦੇ ਸਾਧਨਾਂ ਦੀਆਂ ਸੇਵਾਵਾਂ ਅਤੇ ਫਿਰ ਵਸਤੂਆਂ ਦੇ ਸੇਵਾਮਤਾ ਪ੍ਰਭਾਵ ਉਤਪਾਦਕ ਖੇਤਰ ਤੋਂ ਕਰੇਲੂ ਖੇਤਰ ਵੱਲ ਹੁੰਦਾ ਹੈ ਵਸਤਵਿਕ ਠੀਕ ਹੈ ਜੀ ਤੇ ਇਹਦੇ ਵਿੱਚ ਦੋਸਤੋ ਦੂਸਰਾ ਕੀ ਲਿਖਿਆ ਨੇ ਕਿ ਮਜ਼ਦੂਰੀ ਲਗਾਨ ਵਿਆਜ ਅਤੇ ਲਾਭ ਦੇ ਰੂਪ ਵਿੱਚ ਜਿਹੜਾ ਹੈਗਾ ਆਮਦਨ ਦਾ ਪ੍ਰਭਾਵ ਉਤਪਾਦਕ ਖੇਤਰ ਤੋਂ ਘਰੇਲੂ ਖੇਤਰ ਵੱਲ ਹੁੰਦਾ ਹੈ ਇਸ ਦੇ ਉਲਟ ਵਸਤੂਆਂ ਅਤੇ ਸੇਵਾਵਾਂ ਦੇ ਉਪਭੋਗ ਤੇ ਕਿਤੇ ਜਾਣ ਵਾਲੇ ਖਰਚ ਦਾ ਪ੍ਰਭਾਵ ਘਰੇਲੂ ਖੇਤਰ ਤੋਂ ਉਤਪਾਦਕ ਖੇਤਰ ਵੱਲ ਹੁੰਦਾ ਹੈ ਮੌਦਰੀਕ ਪ੍ਰਭਾਵ ਠੀਕ ਹੈ ਜੀ ਘਰੇਲੂ ਖੇਤਰ ਆਪਣੀ ਆਮਦਨ ਵਿੱਚ ਕੁਝ ਜਿਹੜਾ ਹੈਗਾ ਪੈਸਾ ਜਿਹੜਾ ਹੈਗਾ ਬਚਤ ਵੀ ਕਰਦਾ ਹੈ ਤੇ ਇਸ ਦੇ ਨਾਲ ਦੋਸਤੋ ਵਿੱਤੀ ਪ੍ਰਣਾਲੀ ਪੈਦਾ ਹੁੰਦੀ ਹੈ ਤੇ ਜਿਸ ਵਿੱਚ ਕਈ ਤਰ੍ਹਾਂ ਦੇ ਜਿਹੜੇ ਹੈਗਾ ਵਿਚੋਲੇ ਜਿਵੇਂ ਕਿ ਵਪਾਰਕ ਬੈਂਕ ਬੀਮਾ ਕੰਪਨੀਆਂ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ ਨਿਵੇਸ਼ ਕਰਤਾ ਇਹਨਾਂ ਵਿੱਤੀ ਵਿਚੋਲੀਆਂ ਦੇ ਤੰਨ ਰਾਸ਼ੀ ਉਧਾਰ ਲੈਂਦੇ ਹਨ ਠੀਕ ਹੈ ਜੀ ਤਾਂ ਦੇਖੋ ਦੋਸਤੋ ਘਰੇਲੂ ਖੇਤਰ ਇਹ ਉਹ ਖੇਤਰ ਹਾਂ ਜੋ ਦੂਜੇ ਖੇਤਰਾਂ ਤੋਂ ਕੁਝ ਪ੍ਰਾਪਤੀਆਂ ਕਰਦੇ ਹਨ ਤੇ ਉਹਨਾਂ ਨੂੰ ਭੁਗਤਾਨ ਵੀ ਕਰਦਾ ਹੈ ਇਸ ਖੇਤਰ ਦੀਆਂ ਪ੍ਰਾਪਤੀਆਂ ਅਤੇ ਭੁਗਤਾਨ ਹੇਠ ਲਿਖੇ ਹਨ ਜਿਵੇਂ ਕਿ ਪ੍ਰਾਪਤੀਆਂ ਤਾਂ ਦੇਖੋ ਦੋਸਤੋ ਇਸ ਖੇਤਰ ਨੂੰ ਉਤਪਾਦਕ ਖੇਤਰ ਦੇ ਤੋ ਜਿਹੜਾ ਉਤਪਾਦਨ ਦੇ ਸਾਧਨ ਕੀਮਤਾਂ ਦੇ ਸੇਵਾਵਾਂ ਬਦਲੇ ਸਾਧਨ ਆਮਦਨ ਮਜ਼ਦੂਰੀ ਲਗਾਨ ਵਿਆਜ ਅਤੇ ਲਾਭ ਦੇ ਰੂਪ ਵਿੱਚ ਜਿਹੜਾ ਹੈਗਾ ਵਾ ਪ੍ਰਾਪਤ ਹੁੰਦਾ ਹੈ ਸਰਕਾਰੀ ਖੇਤਰ ਤੋਂ ਹਸਤੰਤਰ ਭੁਗਤਾਨ ਪ੍ਰਾਪਤ ਹੁੰਦਾ ਹੈ ਭੁਗਤਾਨ ਤਾਂ ਦੇਖੋ ਘਰੇਲੂ ਖੇਤਰ ਆਪਣੀਆਂ ਉਪਭੋਗ ਸੰਬੰਧੀ ਲੋੜਾਂ ਪੂਰੀਆਂ ਕਰਨ ਲਈ ਉਤਪਾਦਕ ਖੇਤਰ ਤੋਂ ਵਸਤੂਆਂ ਅਤੇ ਦੋਸਤੋ ਜਿਹੜਾ ਹੈਗਾ ਸੇਵਾਵਾਂ ਪ੍ਰਾਪਤ ਕਰਦਾ ਹੈ ਅਤੇ ਉਪਭੋਗ ਖਰਚੇ ਦੇ ਰੂਪ ਵਿੱਚ ਉਤਪਾਦਕ ਖੇਤਰ ਨੂੰ ਭੁਗਤਾਨ ਕਰਦਾ ਹੈ ਸਰਕਾਰ ਨੂੰ ਪ੍ਰਤੱਖ ठीक है जी जो है कराँ यानी कि टैक्सा दुस्तों भुगतान करता है बचत का प्रभाव पूंजी बाज़ार वल हों तो दोस्तों इतने तक ही इन्होंने दिता हुआ सगा जो कि अभी तो करा दिता ठीक है जी तो अगला प्रश्न की अपना हाँ जी तो अगला प्रश्न दूसरे देव है केंद्रीय बैक के किस भी चार कार्जा की व्याख्या करो ठीक है जी तो आप यही करेंगे आ वाला नहीं करा ठीक है जी ये खुद कर लो अगर करना हो ठीक है जी तो आप एक क्वेश्चन करा हरेक पाकड़ देखो दोस्तों हाँ जी ਤਾਂ ਅੱਗੇ ਦੋਸਤੋ ਕੇਂਦਰੀ ਬੈਂਕ ਦੇ ਕਾਰਜ ਯਾਨੀ ਕਿ ਚਾਰ ਕਾਰਜ ਕਰਾਂਗੇ ਆਪਾਂ ਕੋਈ ਨੋਟ ਜਾਰੀ ਕਰਨਾ ਠੀਕ ਹੈ ਜੋ ਵਰਤਮਾਨ ਸਮੇਂ ਵਿੱਚ ਸੰਸਾਰ ਦੇ ਹਰੇਕ ਦੇਸ਼ ਵਿੱਚ ਨੋਟ ਛਾਪਣ ਦਾ ਜਿਹੜਾ ਹੈਗਾ ਇਕਾ ਅਧਿਕਾਰ ਸਿਰਫ ਕੇਂਦਰੀ ਬੈਂਕ ਨੂੰ ਹੀ ਪ੍ਰਾਪਤ ਹੈ ਹੁੰਦਾ ਹੈ ਠੀਕ ਹੈ ਜੀ ਕੇਂਦਰੀ ਬੈਂਕ ਦੁਆਰਾ ਜਿਹੜਾ ਹੈਗਾ ਜਾਰੀ ਕੀਤੇ ਗਏ ਨੋਟ ਸਾਰੇ ਦੇਸ਼ ਵਿੱਚ ਅਸੀਮਤ ਕਾਨੂੰਨੀ ਟੈਂਡਰ ਦੇ ਰੂਪ ਵਿੱਚ ਘੋਸ਼ਿਤ ਹੁੰਦੇ ਹਨ ਸਰਕਾਰ ਦਾ ਬੈਂਕ ਕੇਂਦਰੀ ਬੈਂਕ ਦੋਸਤੋ ਸਰਕਾਰ ਦੇ ਬੈਂਕ ਏਜੰਟ ਅਤੇ ਵਿੱਤੀ ਸਲਾਹਕਾਰ ਦੇ ਰੂਪ ਵਿੱਚ ਕੰਮ ਕਰਦਾ ਹੈ ਇਹ ਸਰਕਾਰੀ ਵਿਭਾਗਾਂ ਦੇ ਖਾਤੇ ਰੱਖਦਾ ਹੈ ਸਰਕਾਰੀ ਗੋਸ਼ਾਂ ਦੀ ਵਿਵਸਥਾ ਕਰਦਾ ਹੈ ਇਹ ਸਰਕਾਰ ਲਈ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਵਪਾਰਕ ਬੈਂਕ ਆਪਣੇ ਗ੍ਰਾਹਕਾਂ ਲਈ ਕੰਮ ਕਰਦਾ ਹੈ ਲੋੜ ਪੈਂਦੇ ਸਰਕਾਰ ਨੂੰ ਜਿਹੜਾ ਹੈਗਾ ਬਿਨਾ ਵਿਆਜ ਕਰਜ਼ੇ ਦਿੰਦਾ ਹੈ ਠੀਕ ਹੈ ਜੀ ਬੈਂਕਾਂ ਦਾ ਬੈਂਕ ਠੀਕ ਹੈ ਕੇਂਦਰੀ ਬੈਂਕ ਠੀਕ ਹੈ ਜੀ ਕੀ ਇਹ ਬੈਂਕਾਂ ਦੇਸ਼ ਦੇ ਕੇਂਦਰੀ ਬੈਂਕ ਨਾ ਦੋਸਤੋ ਕੀ ਹੈ ਉਹ ਕੇਂਦਰੀ ਬੈਂਕ ਦੇਸ਼ ਦੇ ਹੋਰ ਬੈਂਕਾਂ ਲਈ ਦੋਸਤੋ ਬੈਂਕਰ ਦਾ ਕੰਮ ਕਰਦਾ ਹੈ ਕੇਂਦਰੀ ਬੈਂਕ ਦਾ ਦੋਸਤੋ ਹੋਰna ਬੈਂਕਾਂ ਨਾਲ ਲਗਭਗ ਉਹੀ ਸਬੰਧ ਹੁੰਦਾ ਹੈ ਜੋ ਇੱਕ ਸਧਾਰਨ ਬੈਂਕ ਦਾ ਆਪਣੇ ਗ੍ਰਾਹਕ ਨਾਲ ਹੁੰਦਾ ਹੈ ਠੀਕ ਹੈ ਜੀ ਕੇਂਦਰੀ ਬੈਂਕ ਹੋਰna ਬੈਂਕਾਂ ਦੇ ਨਗਦ ਕੋਸ਼ ਦਾ ਕੁਝ ਹਿੱਸਾ ਆਪਣੇ ਕੋਲ ਜਮਾ ਰੂਪ ਦੇ ਵਿੱਚ ਰੱਖਦਾ ਹੈ ਅੱਗੇ ਹੈ ਦੋਸਤੋ ਬੈਂਕਾਂ ਦਾ ਨਿਰਖਣ ਬੈਂਕਾਂ ਦਾ ਬੈਂਕ ਹੋਣ ਕਰਕੇ ਕੇਂਦਰੀ ਬੈਂਕ ਵਪਾਰਕ ਬੈਂਕਾਂ ਦਾ ਨਿਰਖਣ ਵੀ ਕਰਦਾ ਹੈ ਇਸ ਲਈ ਜਿਹੜਾ ਉਸ ਨੂੰ ਇਸ ਕੰਮ ਜਿਹੜਾ ਹੈਗਾ ਕੰਮ ਕਰਨੇ ਪੈਂਦੇ ਹਨ ਠੀਕ ਹੈ ਜੀ ਤਾਂ ਕਿਸ ਤਰ੍ਹਾਂ ਦੇ ਕੰਮ ਕਰਨੇ ਪੈਂਦੇ ਹਨ ਤਾਂ ਵਪਾਰਕ ਬੈਂਕਾਂ ਨੂੰ ਲਾਇਸੈਂਸ ਦੇਣਾ ਠੀਕ ਹੈ ਦੇਸ਼ ਦੇ ਪਿੰਨ ਸੌਰੀ ਦੋਸਤੋ ਇੱਥੇ ਆਪਣੀ ਸਕਰੀਨ ਥੋੜੀ ਜਿਹੀ ਇੱਥੇ ਬੰਦ ਹੋ ਗਈ ਵੇਟ ਕਰੋ ਮੈਂ ਜਾਨਾ ਇੱਥੇ ਹਾਂਜੀ तो आप कितने से दोस्तों सब तो पहले तो वह व्यापारिक बैंकों लाइसेंस दिता वा ठीक है जी देश के दे। जेडेगी भिन्न 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 हिस्सों में दोस्तों विदेशी व्यापारिक बैंकों दिया शाखाव खुला खुलवा के उन्हों का विस्तार करना ते अगला है दोस्तों व्यापारिक बैंकों का जोड़ा है वा मर्ज़र या दोस्तों आप कह नहीं देंगे इन्हों कर दिता तो बैंकों का जोड़ा है खात्मा करना बैंकों के खात्मे ठीक है जी तो इस तरह इन्हें लिखा हुआ वा तो अगला प्रश्न देख लिने आप हाँ जी अगला प्रश्न की है तो चलते इतने अपने प्रश्न पत्र वल ਹਾਂਜੀ ਤਾਂ ਇਹ ਹੋ ਗਿਆ ਆਪਣਾ ਤੇ ਅੱਗੇ ਸੇ ਦੋਸਤੋ ਆਪਣਾ ਇਹ ਆ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ 1947 ਵਿੱਚ ਭਾਰਤੀ ਅਰਥਵਿਵਸਥਾ ਇੱਕ ਜਿਹੜੀ ਹੈਗੀ ਖੜੋਤ ਵਾਲੀ ਅਰਥਵਿਵਸਥਾ ਸੀ ਤਾਂ ਆਪਾਂ ਇਹ ਵਾਲਾ ਕਰਾਂਗੇ ਨਵੀਂ ਉਦਯੋਗਿਕ ਨੀਤੀ 1991 1991 ਦੀਆਂ ਜਿਹੜੀਆਂ ਹੈਗੀਆਂ ਚਾਰ ਮੁੱਖ ਵਿਸ਼ੇਸ਼ਤਾਵਾਂ ਲਿਖੋ ਤਾਂ ਦੋਸਤੋ ਚਲੋ ਦੇਖਦੇ ਹਾਂ ਚਾਰ ਮੁੱਖ ਵਿਸ਼ੇਸ਼ਤਾਵਾਂ ਤਾਂ ਦੇਖੋ ਦੋਸਤੋ ਸਿੱਖਿਆ ਵਿੱਚ ਜਿਹੜਾ ਹੈਗਾ ਨਿਵੇਸ਼ ਨੂੰ ਮਨੁੱਖੀ ਪੂੰਜੀ ਦੇ ਸੌਰੀ ਆ ਕੀ ਹੈ ਦੇਖਦੇ ਤਾਂ ਦੋਸਤੋ ਥੋੜੀ ਜਿਹੀ ਗਲਤ ਖੁੱਲ ਗਈ ਸੀਗੀ ਪੀਡੀਐਫ ਇੱਥੇ ਹੁਣ ਹੈਗੀ ਹੈ ਕਿ ਨਵੀਂ ਉਦਯੋਗ ਨੀਤੀ 1991 ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਆਪਾਂ ਚਾਰ ਕਰਨੀਆਂ ਹਨ ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾ ਹੈ ਸਥਾਨਕ ਜਿਹੜਾ ਕਰ ਨੀਤੀ ਤਾਂ ਦੇਖੋ ਇਸ ਨੀਤੀ ਤੋਂ ਬਾਅਦ ਜੇਕਰ ਕੋਈ ਜਿਹੜਾ ਉਦਯੋਗਪਤੀ 10 ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰ ਵਿੱਚ ਜਿਹੜਾ ਹੈਗਾ ਉਦਯੋਗ ਲਗਾਉਣਾ ਚਾਹੁੰਦਾ ਹੈ ਤਾਂ ਉਸ ਲਈ ਸਰਕਾਰ ਦਾ ਜਿਹੜਾਗਾ ਅਗਾਊ ਇਜਾਜ਼ਤ ਦੀ ਲੋੜ ਹੋਵੇਗੀ 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਲਈ ਦੋਸਤੋ ਪ੍ਰਦੂਸ਼ਣ ਮੁਕਤ ਉਦਯੋਗ ਤੋਂ ਇਲਾਵਾ ਸਾਰੇ ਹੀ ਉਦਯੋਗ ਨੂੰ ਸ਼ਹਿਰ ਦੀ ਸੀਮਾ 25 ਕਿਲੋਮੀਟਰ ਦੂਰ ਆਪਣੇ ਪਲਾਂਟ ਲਗਾਉਣੇ ਚਾਹੀਦੇ ਹਨ ਅੱਗੇ ਸੇ ਦੋਸਤੋ ਉਦਾਰੀਕਰਨ ਨੀਤੀ ਤਾਂ ਦੋਸਤੋ ਇਹ ਨੀਤੀ 18 ਉਦਯੋਗਾਂ ਨੂੰ ਛੱਡ ਕੇ ਸਾਰੇ ਉਦਯੋਗ ਕੋ ਲਾਇਸੈਂਸ ਪ੍ਰਕਿਰਿਆ ਵਾ ਅਤੇ ਪ੍ਰਣਾਲੀ ਤੋਂ ਛੋਟ ਦਿੰਦੀ ਹੈ ਉਹਨਾਂ ਦੇ ਜਿਹੜਾ ਹੈਗਾ ਬਈ ਦੋਸਤੋ ਬੇਮਿਸਾਲ 18 ਉਦਯੋਗ ਵਿੱਚ ਫੌਜ ਅਤੇ ਰੱਖਿਆਕ ਜੰਗਲਾਤ ਸੰਭਾਲ ਵਸਤੂਆਂ ਤੇ ਨਿਰਮਾਣ ਉਦਯੋਗ ਆਦਿ ਸ਼ਾਮਿਲ ਹਨ ਵਿਦੇਸ਼ੀ ਜਿਹੜਾ ਹੈਗਾ ਦੋਸਤੋ ਨਿਵੇਸ਼ ਤਾਂ ਇਸ ਨੀਤੀ ਵਿੱਚ ਵਿਦੇਸ਼ੀ ਨਿਵੇਸ਼ ਦੇ ਪੱਖ ਵਿੱਚ ਜਿਹੜਾ ਹੈਗਾ ਦੋਸਤੋ ਉਪਬੰਧ ਹਨ ਇਹ ਵਿਦੇਸ਼ੀ ਕੰਪਨੀ ਦੁਆਰਾ ਭਾਰਤ ਵਿੱਚ ਕੰਪਨੀਆਂ ਦੇ ਇੱਕ ਜਿਹੜਾ ਹੈਗਾ ਇਕੁਇਟੀ ਸ਼ੇਰਾਂ ਵਿੱਚ ਦੋਸਤੋ 51% ਤੱਕ ਨਿਵੇਸ਼ ਕਰਨ ਲਈ ਪ੍ਰਦਾਨ ਕੀਤੀ ਜਾਂਦੀ ਹੈ ਭਾਰਤ ਸਰਕਾਰ ਦਾ ਇਹ ਕਦਮ ਦੋਸਤੋ ਜਿਹੜਾ ਹੈਗਾ ਵਿਜ਼ਨ ਭਾਰਤੀ ਬਾਜ਼ਾਰਾਂ ਵਿੱਚ ਵਿਦੇਸ਼ੀ ਪੂੰਜੀ ਦੇ ਪ੍ਰਵਾਹ ਨੂੰ ਵਧਾਉਣ ਵਿੱਚ ਮਦਦ ਕਰੇਗਾ ਅੱਗੇ ਦੋਸਤੋ ਜਨਤਕ ਖੇਤਰ ਦੀ ਜਿਹੜੀ ਹੈਗੀ ਭੂਮਿਕਾ ਤਾਂ ਦੇਖੋ ਦੋਸਤੋ ਇਹ ਨੀਤੀ ਉਹਨਾਂ ਜਨਤਕ ਖੇਤਰਾਂ ਲਈ ਰੀੜ ਦੀ ਹੱਡੀ ਵਜੋਂ ਕੰਮ ਕਰੇਗੀ ਜੋ ਆਪਣੇ ਪਤਨ ਦੇ ਕਿਨਾਰੇ ਹਨ ਠੀਕ ਹੈ ਜੀ ਜਿਹੜੇ ਜਨਤਕ ਖੇਤਰ ਆਪਣੇ ਜਿਹੜਾ ਹੈਗਾ ਖੇਤਰ ਵਿੱਚ ਚੰਗਾ ਕੰਮ ਨਹੀਂ ਕਰ ਰਹੇ ਪਰ ਉਹਨਾਂ ਵਿੱਚ ਸੁਧਾਰ ਕਰਨ ਦੀ ਸਮਰੱਥਾ ਹੈ ਤਾਂ ਉਹਨਾਂ ਨੂੰ ਦੋਸਤੋ ਜਿਹੜਾ ਹੈਗਾ ਪੁਨਰਗਠਨ ਕੀਤਾ ਜਾਵੇਗਾ ਨਿਮਤ ਵਿੱਤੀ ਸੰਕਟ ਵਿੱਚ ਦੋਸਤੋ ਗੁਜ਼ਰ ਰਹੇ ਵੱਖ-ਵੱਖ ਜਨਤਕ ਖੇਤਰਾਂ ਨੂੰ ਦੋਸਤੋ ਉਦਯੋਗਿਕ ਅਤੇ ਵਿੱਤੀ ਪੁਨਰ ਨਿਰਮਾਣ ਬੋਰਡ ਜਾਂ ਫਿਰ ਕਿਸੇ ਹੋਰ ਕੇਂਦਰੀ ਸਰਕਾਰ ਦੇ ਸੰਗਠਨ ਦੁਆਰਾ ਜਿਹੜਾ ਹੈਗਾ ਨਿਗਰਾਨੀ ਹੇਠ ਰੱਖਿਆ ਜਾਵੇਗਾ ਠੀਕ ਹੈ ਜੀ ਤਾਂ ਇਸ ਦਾ ਆਨਸਰ ਹੋ ਗਿਆ ਅੱਗੇ ਹੈ ਦੋਸਤੋ ਆਪਣਾ ਪ੍ਰਸ਼ਨ ਹਾਂਜੀ ਤਾਂ ਇਹ ਦੋ ਪ੍ਰਸ਼ਨ ਨੇ ਇਹ ਪ੍ਰਦੂਸ਼ਣ ਵਾਲਾ ਤੁਸੀਂ ਖੁਦ ਕਰ ਲਿਓ ਸੌਖਾ ਹੀ ਹੈ ਕਿ ਪ੍ਰਦੂਸ਼ਣ ਤੋਂ ਤੁਹਾਡਾ ਕੀ ਮਤਲਬ ਹੈ ਇਸ ਦੇ ਵੱਖ-ਵੱਖ ਕਿਸਮਾਂ ਕਿਹੜੀਆਂ ਹਨ ਠੀਕ ਹੈ ਜੀ ਤਾਂ ਸਾਡਾ ਆਲੇ-ਦੁਆਲੇ ਦੇ ਵਿੱਚ ਜਿਹੜਾ ਵੀ ਪ੍ਰਦੂਸ਼ਣ ਹੁੰਦਾ ਜਿਵੇਂ ਕਿ ਹਵਾ ਪ੍ਰਦੂਸ਼ਣ ਹੋ ਗਿਆ ਠੀਕ ਹੈ ਜੀ ਮਿੱਟੀ ਦਾ ਪ੍ਰਦੂਸ਼ਣ ਵੀ ਹੁੰਦਾ ਵਾ ਸੋਇਲ ਜਿਵੇਂ ਕੀ ਹੁੰਦਾ ਵਾ ਹਰ ਇੱਕ ਤਰ੍ਹਾਂ ਦੇ ਪ੍ਰਦੂਸ਼ਣ ਦੋਸਤੋ ਜਿਵੇਂ ਵੀ ਵਾਤਾਵਰਣ ਪ੍ਰਦੂਸ਼ਣ ਕੁਝ ਵੀ ਲਿਖ ਦਿਓ ਇਹਦੇ ਵਿੱਚ ਇਹ ਤੁਸੀਂ ਆਪ ਆਪਣੇ ਕੋਲ ਬਣਾ ਕੇ ਲਿਖ ਸਕਦੇ ਹੋ ਪ੍ਰਦੂਸ਼ਣ ਬਾਰੇ ਆਪਾਂ ਇਹ ਉੱਪਰ ਵਾਲਾ ਕਰਦੇ ਹਾਂ ਭਾਰਤ ਵਿੱਚ ਪਿੰਡੂ ਜਿਹੜਾ ਹੈਗਾ ਕਰਜ਼ੀ ਤਾਂ ਦੋਸਤੋ ਆਪਣਾ ਇਹ ਪ੍ਰਸ਼ਨ ਆ ਕਿ ਭਾਰਤ ਵਿੱਚ ਪਿੰਡੂ ਕਰਜ਼ੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਚਾਰ ਉਪਾਅ ਸੁਝਾਅ ਦਿਓ ਤਾਂ ਆਪਾਂ ਇਹ ਵਾਲਾ ਕਰਦੇ ਹਾਂ ਤਾਂ ਦੋਸਤੋ ਚਲੋ ਹਾਂਜੀ ਤਾਂ ਪਿੰਡੂ ਕਰਜ਼ੇ ਨੂੰ ਦੋਸਤੋ ਘਟਾਉਣ ਲਈ ਉਪਾਅ ਦੇਖੋ ਭਾਰਤੀ ਕਿਸਾਨ ਨੂੰ ਸਦੀਵੀ ਕਰਜ਼ੇ ਤੋਂ ਮੁਕਤ ਕਰਨ ਅਤੇ ਉਸ ਦੀ ਹਾਲਤ ਸੁਧਾਰਨ ਲਈ ਇੱਥੇ ਜਿਹੜੇ ਹੈਗੇ ਦੋ ਸੁਝਾਅ ਹਨ ਜਿਵੇਂ ਕਿ ਦੇਖੋ ਪੁਰਾਣੇ ਕਰਜ਼ੇ ਨੂੰ ਘਟਾਉਣਾ ਤਾਂ ਦੇਖੋ ਦੋਸਤੋ ਕਰਜ਼ਾ ਜਿਹੜਾ ਹੈਗਾ ਸਮਝੌਤਾ ਐਕਟ ਠੀਕ ਹੈ ਜੀ ਤਾਂ ਇਹ ਐਕਟ ਵੱਖ-ਵੱਖ ਜਿਹੜੇ ਹੈਗੇ ਆ ਰਾਜ ਸਰਕਾਰਾਂ ਦੁਆਰਾ ਜਿਹੜੀ ਹੈਗੀ ਆ ਸਥਾਈ करजे में दोस्तों माफ़ करने जोड़ा है पास किया गया है जिससे पहला ही काफ़ी जोड़ा है का व्याज अदा किया जा चुका है किसान और शाहूकार आपसी समझौते द्वारा ठीक है जी खेतीबाड़ी अगे दोस्तों खेतीबाड़ी पेंडू करज़ा राहत योजना यह योजना उन्नीस सौ नब्बे इक्यानवे शुरू की गई सी जिस जिस रूप का जोड़ा है वा की दोस्तों जिस ਰੁਪਏ ਤੱਕ ਦਾ ਕਰਜ਼ਾ ਜਿਹੜਾ ਹੈਗਾ ਵਾ ਕਿੰਨੇ ਰੁਪਏ ਦਾ ਇੱਥੇ ਮਿਸਿੰਗ ਆ ਥੋੜਾ ਜਿਹਾ ਆਪਾਂ ਚਲਦੇ ਇੱਥੇ ਵੱਲ ਹਾਂਜੀ ਮਿਸਿੰਗ ਆ ਕਿ ਕਿੰਨੇ ਰੁਪਏ ਤੱਕ ਦਾ ਜਿਹੜਾ ਹੈਗਾ ਕਰਜ਼ਾ ਜਿਹੜਾ ਹੈਗਾ ਵਾ ਮਾਫ ਕੀਤਾ ਜਾਇਆ ਹੈਗਾ ਰਾਹਤ ਪ੍ਰਦਾਨ ਕੀਤੀ ਗਈ ਸੀਗੀ ਠੀਕ ਹੈ ਬੈਂਕ ਸਹਿਕਾਰੀ ਸੰਸਥਾਵਾਂ ਅਤੇ ਆਰਬੀਆਈ ਜਿਹੜੇ ਹੈਗੇ ਦੋਸਤੋ ਠੀਕ ਹੈ ਜੀ ਦੇ ਕਰਜ਼ਦਾਰਾਂ ਨੂੰ 10000 ਤੱਕ ਦਾ ਮਤਲਬ ਇਹ ਇੱਥੇ ਕਰਜ਼ਾ ਜਿਹੜਾ ਹੈਗਾ ਕੀਤਾ ਗਿਆ ਸੀਗਾ ਕੁਝ ਇੱਥੇ ਮਿਸਿੰਗ ਜਿਹਾ ਬਦੋਸਤੋ ਪ੍ਰੋਪਰ ਨਹੀਂ ਲਿਖਿਆ ਆਇਆ ਭਾਈ ਬਲੀ ਲਾਈਟ ਠੀਕ ਹੈ ਜੀ ਆਪਾਂ ਤੀਸਰਾ ਪੁਆਇੰਟ ਦੇਖਦੇ ਹਾਂ ਕਿ ਵਿਸ਼ੇਸ਼ ਰਾਹਤ ਪੈਕੇਜ 2006 ਸਤ ਵਿੱਚ ਇਹ 2006 ਵਿੱਚ ਜਿਹੜਾ ਹੈਗਾ 6 ਜਿਹੜਾ ਹੈਗਾ ਕਰਜ਼ਦਾਰ ਲਈ ਕੋਸ਼ਿਸ਼ ਕੀਤਾ ਗਿਆ ਸੀਗਾ ਮਹਾਰਾਸ਼ਟਰ ਦੇ ਜ਼ਿਲ੍ਹੇ ਵਿਚ ਜਿਹੜਾ ਹੈਗਾ ਇਸੇ ਪੈਕੇਜ ਦੇ ਵਿੱਚ ਕਿਸਾਨਾਂ ਨੇ ਬਕਾਇਆ ਕਰਜ਼ਾ ਦਾ ਵਿਆਜ ਮਾਫ ਕੀਤਾ ਗਿਆ ਸੀਗਾ ਤੇ ਇਹ ਉਹ ਨਵੇਂ ਸਿਰੇ ਤੋਂ ਕਰਜ਼ਾ ਲੈ ਸਕਦੇ ਸਨ ਇਸੇ ਤਰ੍ਹਾਂ ਦੋਸਤੋ ਕਈ ਸਕੀਮਾਂ ਆਂਧਰਾ ਵਿੱਚ ਵੀ ਸ਼ੁਰੂ ਕੀਤੀਆਂ ਗਈਆਂ ਸਨ ਠੀਕ ਹੈ ਜੀ ਪ੍ਰਦੇਸ਼ ਕਰਨਾਟਕ ਅਤੇ ਕੇਰਲਾ ਵਿੱਚ ਵੀ ਅੱਗੇ ਦੋਸਤੋ ਆਪਣਾ ਚੌਥਾ ਪੁਆਇੰਟ ਹੈ ਕਿ ਦੁਖੀ ਕਿਸਾਨਾਂ ਲਈ ਰਾਹਤ ਉਪਾ 2007-08 ਵਿੱਚ ਬੈਂਕਾਂ ਨੇ ਠੀਕ ਹੈ ਜੀ ਜਿਹੜਾ ਕਿ ਦੁਖੀ ਕਿਸਾਨਾਂ ਲਈ ਜਿਹੜਾ ਹੈਗਾ ਪਾਦਰਸ਼ੀ ਅਤੇ ਇਹ ਜਿਹੜਾ ਹੈਗਾ ਦੋਸਤੋ ਇਕਮੁਸ਼ਤ निपटारा नीतियां बनाई हैं जिमें कि दोस्तो जोड़े है जेड़े कुदरती आफता कारण करजे का भुगतान नहीं कर सकते अजे कर्ज़ा का निपटारा थोड़ी जी रकम दी नल की अदायगी है ठीक है जी अगे दोस्तों करजा राहत पैकेज दो हज़ार अठ नौ सरकारा ने दोस्तों जोड़ा है वलाने रुपए इकहत्तर हज़ार छः सौ अस्सी करोड़ का कर्जा जोड़ा है राहत पैकेज भाव छोटे सीमांत किसाना के करजे की मुआक जो मुकम्मल माफ़ी और दो दूजे किसाना दे है दो हैडकुआर तो दो हैक्टेयर ਤੋ ਘਟ ਜਮੀਨ ਵਾਲੇ ਕਿਸਾਨਾਂ ਨੂੰ ਜਿਹੜਾ ਹੈਗਾ ਛੋਟਾ ਤੇ ਸਮਾਨਤ ਕਿਹਾ ਜਾਂਦਾ ਹੈ ਠੀਕ ਹੈ ਜੀ ਉਹਨਾਂ ਲਈ ਜਿਹੜਾ ਹੈਗਾ ਦੋਸਤੋ ਯਕਮੁਸਤ ਨਿਪਟਾਰਾ ਕੀਤਾ ਠੀਕ ਹੈ ਜੀ ਯੋਜਨਾ ਬਣਾਈ ਉਹਨਾਂ ਦੇ ਲਈ ਠੀਕ ਹੈ ਤੇ ਇਸ ਤੋਂ ਬਾਅਦ ਦੋਸਤੋ ਆਪਣਾ ਅਗਲਾ ਪ੍ਰਸ਼ਨ ਦੇਖ ਲੈਨੇ ਆ ਹਾਂਜੀ ਆਹ ਹੋ ਗਿਆ ਤੇ ਉਸ ਤੋਂ ਬਾਅਦ ਦੋਸਤੋ ਆਹ ਵਾਲਾ ਪ੍ਰਸ਼ਨ ਤੁਸੀਂ ਖੁਦ ਕਰ ਲਿਓ ਕਿ ਸੁਚਾਂਕ ਸੁਚਕਾਂਕ ਦੀਆਂ ਸਮਾਵਾਂ ਤੇ ਚਰਚਾ ਕਰੋ ਠੀਕ ਹੈ ਜੀ ਹੁਣ ਆਪਾਂ ਚੱਲਦੇ ਆਂ ਅੱਗੇ ਤਾਂ ਦੋਸਤੋ ਇਹ ਤੁਹਾਡਾ ਨੰਮਰਿਕਲ ਆ ਇਹ ਵੀ ਤੁਸੀਂ ਖੁਦ ਹੀ ਕਰਨਾ ਵਾ ਆਪਣੇ ਆਪ ਹੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਇਹ ਦੋਸਤੋ ਆਹ ਵਾਲਾ ਕੁਐਸਚਨ ਹੈ ਕਿ ਲਚਕਦ ਉੱਤਾਂਦਰਦਰ ਤੋਂ ਕੀ ਪਵ ਹੈ ਇਸ ਦੇ ਗੁਣ ਤੇ ਅਗੁਣ ਪਰ ਵਿਸਥਾਰ ਵਿੱਚ ਚਰਚਾ ਕਰੋ ਇਹ ਦੋਸਤੋਂ ਲੌਂਗ ਕੁਐਸਚਨ ਆਨਸਰ ਆ ਇਹ ਤੁਸੀਂ ਆਪਣੀ ਗਾਈਡ ਦੇ ਵਿੱਚੋਂ ਦੇਖ ਲਿਓ ਜਾਂ ਫਿਰ ਜਿਹੜੀ ਤੁਹਾਡੀ ਨੋਟਬੁੱਕ ਹੈ ਤੁਸੀਂ ਬਣਾਈ ਹੋਣੀ ਆ ਉਹਦੇ ਵਿੱਚ ਕਰ ਲਿਆ ਆਪਾਂ ਇਹ ਵਾਲਾ ਪ੍ਰਸ਼ਨ ਕਰਦੇ ਆ ਭਾਰਤੀ ਖੇਤੀ ਦੀ ਜਿਹੜੀ ਹੈਗੀਆਂ ਨੇ 6 ਸਮੱਸਿਆਵਾਂ ਬਾਰੇ ਚਰਚਾ ਕਰੋ ਤੇ ਭਾਰਤ ਵਿੱਚ ਬੇਰੁਜ਼ਗਾਰੀ ਦੇ 6 ਕਾਰਨ ਤਾਂ ਜਿਹੜਾ ਹੈਗਾ ਵਰਣਨ ਕਰੋ ਠੀਕ ਹੈ ਜੀ ਤਾਂ ਆਪਾਂ ਇਹ ਦੋਨੋਂ ਪ੍ਰਸ਼ਨ ਦੇਖਦੇ ਆ ਚਲੋ ਦੋਸਤੋਂ ਭਾਰਤ ਦੀ ਖੇਤੀਬਾੜੀ ਜਿਹੜੀ ਹੈਗੀਆਂ ਸਮੱਸਿਆਵਾਂ ਤਾਂ ਦੇਖੋ ਦੋਸਤੋਂ ਕੀ ਕੀ ਸਮੱਸਿਆਵਾਂ ਹਨ ਤਾਂ ਦੇਖੋ ਗੈਰ ਪ੍ਰਸਯੋਗ ਬਰਖਾ ਤੇ ਜ਼ਿਆਦਾ ਨਿਰਪਰਤਾ ਤੇ ਸਿੰਚਾਈ ਸਹੂਲਤਾਂ ਦੀ ਕਾਟ ਨੇ ਦੋਸਤੋ ਖੇਤੀ ਉਤਪਾਦਨ ਵਿੱਚ ਗਿਰਾਵਟ ਦਾ ਕਾਰਨ ਬਣਾਇਆ ਹੈ ਕਿਸਾਨਾਂ ਦੀ ਦੋਸਤੋ ਗਰੀਬੀ ਅਤੇ ਅਨਪੜਤਾ ਨੂੰ ਜਿਹੜਾ ਹੈਗਾ ਵਾ ਵੱਡੇ ਪੱਧਰ ਤੇ ਜਿਹੜਾ ਹੈਗਾ ਦੋਸਤੋ ਉੰਜੇ ਨਿਵੇਸ਼ ਕਰਨ ਅਤੇ ਖੇਤੀ ਦੇ ਵਿਗਿਆਨਿਕ ਤਰੀਕੇ ਅਪਣਾਉਣ ਦੀ ਉਹ અપਨਾਉਣ ਤੋਂ ਰੋਕਦੀ ਹੈ। ਆ ਤੀਸਰਾ ਪੁਆਇੰਟ ਤੇਜ਼ੀ ਨਾਲ ਵਧਦੀ ਆਬਾਦੀ ਦੇ ਕਾਰਨ ਜ਼ਮੀਨ ਤੋਂ ਛੋਟੀ ਹੋਲਡਿੰਗ ਜਿਸ ਨਾਲ ਜ਼ਮੀਨ ਤੇ ਤੁਰੰਤ ਜਿਹੜੀ ਹੈਗਾ ਉਤਰਾ ਅਧਿਕਾਰੀ ਵਿੱਚ ਜਿਹੜਾ ਹੈਗਾ ਟੁਕੜੇ ਹੋ ਜਾਂਦੇ ਹਨ ਨਤੀਜੇ ਵਜੋਂ ਹਰ ਜਿਹੜੀ ਕਵੀਤੀ ਦੀ ਪੀੜ੍ਹੀ ਦੇ ਨਾਲ ਜਿਹੜਾ ਹੈਗਾ ਪਲਾਟ ਦਾ ਆਕਾਰ ਛੋਟਾ ਹੁੰਦਾ ਜਾਂਦਾ ਹੈ। ਇਹ ਖੇਤੀ ਦੀ ਵਿਧੀ ਬਹੁਤ ਹੀ ਜਿਹੜੀ ਹੈਗਾ ਰੁਕਾਵਟ ਪੰਦੀ ਹੈ। ਭਾਰੀ ਮੀਤ। ਤਾਂ ਦੇਖੋ ਦੋਸਤੋ ਹੜਾ ਅਤੇ ਬਨਸਪਤੀ ਟਕਣ ਆਧ ਜਿਹੜਾ ਹੈਗਾ ਦੋਸਤੋ ਟਕਣ ਆਧ ਨਾਲ ਮਿੱਟੀ ਦੀ ਘਟੌਤੀ ਖੇਤੀ ਉਤਪਾਦਕਾਂ ਨੂੰ ਘਟਾਉਂਦੀ ਹੈ ਨਾ ਕਾਫੀ ਸਿੰਚਾਈ ਸਹੂਲਤਾਾਂ ਤੇ ਜਲ ਸਰੋਤਾਂ ਦੇ ਮਾੜੇ ਜਿਹੜੇ ਹੈਗੇ ਪ੍ਰਬੰਧ ਕਾਰਨ ਖੇਤੀ ਉਤਪਾਦਕਾ ਵਿੱਚ ਜਿਹੜੀ ਹੈਗੀ ਆ ਵਾ ਭਾਰੀ ਗ੍ਰੈਵਟ ਆਈ ਹੈ ਠੀਕ ਹੈ ਜੀ ਤੇ ਅਗਲਾ ਪ੍ਰਸ਼ਨ ਆਪਣਾ ਕੀ ਸੀਗਾ ਕਿ ਹਾਂਜੀ ਅਗਲਾ ਪ੍ਰਸ਼ਨ ਇੱਕ ਵਾਰੀ ਦੇਖ ਲੈਨੇ ਆ ਕਿ ਕੀ ਸੀਗਾ ਭਾਰਤ ਵਿੱਚ ਬੇਰਜ਼ਗਾਰੀ ਦੇ 6 ਕਾਰਨ ਦੱਸੋ ਠੀਕ ਹੈ ਜੀ ਤਾਂ ਆਪਾਂ ਭਾਰਤ ਵਿੱਚ ਬੇਰਜ਼ਗਾਰੀ ਦੇ 6 ਕਾਰਨ ਦੇਖ ਲੈਨੇ ਆ ਤਾਂ ਦੇਖੋ ਦੋਸਤੋ ਇਸ ਤਰ੍ਹਾਂ ਇਹ ਪ੍ਰਸ਼ਨ ਹੈ ਦਾ ਉੱਤਰ ਹੈ ਤਦ ਕੋ ਭਾਰਤ ਵਿੱਚ ਜਿਹੜੀ ਹੈਗਾ ਬੇਰੁਜ਼ਗਾਰੀ ਦੇ ਕਾਰਨ ਹੇਟ ਦਿੱਤੇ ਗਏ ਹਨ ਤਾਂ ਦੇਖੋ ਦੋਸਤੋ ਹੌਲੀ ਆਰਥਿਕ ਵਿਕਾਸ ਭਾਰਤੀ ਅਰਥ ਚਾਰੇ ਵਿੱਚ ਦੋਸਤੋ ਆਰਥਿਕ ਵਿਕਾਸ ਦੀ ਬਹੁਤ ਹੀ ਜਿਹੜੀ ਹੈਗੀ ਆ ਦਰ ਜਿਹੜੀ ਹੈਗੀ ਹੌਲੀ-ਹੌਲੀ ਹੈ ਠੀਕ ਹੈ ਜੀ ਪਹਿਲਾ ਪੁਆਇੰਟ ਆ ਇਹ ਤੇ ਇਹ ਹੌਲੀ ਵਿਕਾਸ ਦਰ ਜਿਹੜੀ ਹੈਗੀ ਵਾਧੀ ਆਬਾਦੀ ਨੂੰ ਰੋਜ਼ਗਾਰ ਦੇ ਲੋੜਿੰਦੇ ਮੌਕੇ ਪ੍ਰਦਾਨ ਕਰਨ ਦੇ ਵਿੱਚ ਜਿਹੜੀ ਹੈਗੇ ਅਸਫਲ ਰਹਿੰਦੀ ਹੈ ਠੀਕ ਹੈ ਜੀ ਕਿਰਤ ਦੀ ਸਪਲਾਈ ਉਪਲਬਧ ਰੋਜ਼ਗਾਰ ਦੇ ਮੌਕਿਆਂ ਨਾਲੋਂ ਕਿਤੇ ਵੱਧ ਹੈ ਠੀਕ ਹੈ ਦੂਸਰਾ ਪੁਆਇੰਟ ਆਬਾਦੀ ਦਾ ਤੇਜ਼ੀ ਨਾਲ ਵਾਧਾ ਠੀਕ ਹੈ ਜੀ ਆਬਾਦੀ ਵਿੱਚ ਲਗਾਤ ਪਾਰਤ ਦੀ ਇੱਕ ਗੰਭੀਰ ਸਮੱਸਿਆ ਰਹੀ ਹੈ ਇਹ ਬੇਰੋਜ਼ਗਾਰਾ ਦੇ ਮੁੱਖ ਕਾਰਨਾ ਵਿੱਚੋਂ ਇੱਕ ਹੈ ਜਿਸਨਾਂ ਦੀ ਮਿਆਦ ਦੌਰਾਨ ਬੇਰੋਜ਼ਗਾਰਾਂ ਦੀ ਗਿਣਤੀ ਜਿਹੜੀ ਹੈਗਾ ਘਟਣ ਦੀ ਬਜਾਏ ਦੋਸਤੋ ਅਸਲ ਵਿੱਚ ਵਧੀ ਹੈ ਤੀਸਰਾ ਪੁਆਇੰਟ ਕੀ ਭਈ ਜਿਹੜਾ ਹੈਗਾ ਨੁਕਸਦਾਰ ਰੋਜ਼ਗਾਰ ਯੋਜਨਾ ਪਾਰਤ ਵਿੱਚ ਦੋਸਤੋ 5 ਸਾਲ ਯੋਜਨਾਵਾਂ ਰੋਜ਼ਗਾਰ ਪੈਦਾ ਕਰਨ ਲਈ ਤਿਆਰ ਨਹੀਂ ਕੀਤੀਆਂ ਗਈਆਂ ਹਨ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ ਜਿਹੜਾ ਹੈਗਾ ਅਗਲਾ ਹਮਲਾ ਗਾਇਬ ਸੀ ਠੀਕ ਹੈ ਜੀ ਐਫਵਾਈਪੀਐਸ ਵਿੱਚ ਇਹ ਮੰਨਿਆ ਗਿਆ ਸੀ ਕਿ ਆਰਥਿਕ ਵਿਕਾਸ ਬੇਰੋਜ਼ਗਾਰੀ ਦੀ ਸਮੱਸਿਆ ਦਾ ਧਿਆਨ ਰੱਖੇਗਾ ਠੀਕ ਹੈ ਜੀ ਤੇ ਅਗਲਾ ਦੋਸਤੋ ਚੌਥਾ ਪੁਆਇੰਟ ਕੀ ਹੈ ਕਿ ਵਿਦੇਸ਼ੀ ਟੈਕਨੋਲੋਜੀ ਦੀ ਬਹੁਤ ਹੀ ਜ਼ਿਆਦਾ ਵਰਤੋਂ ਭਾਰਤ ਵਿੱਚ ਉੱਚ ਕੀਮਤ ਦੇ ਕਾਰਨ ਵਿਗਿਆਨਿਕ ਅਤੇ ਦੋਸਤੋ ਤਕਨੀਕੀ ਖੋਜ ਦੀ ਘਾਟ ਠੀਕ ਹੈ ਜੀ ਇਸ ਨਾਲ ਜਿਹੜਾ ਹੈਗਾ ਵਾ ਵਿਦੇਸ਼ੀ ਟੈਕਨੋਲੋਜੀ ਦੀ ਬਹੁਤ ਹੀ ਜ਼ਿਆਦਾ ਜੜੀ ਗਈ ਆ ਵਰਤੋਂ ਹੋਈ ਹੈ ਜਿਸ ਕਾਰਨ ਸਾਡੇ ਦੇਸ਼ ਦੀ ਤਕਨੀਕੀ ਬੇਰੋਜ਼ਗਾਰੀ ਵਧੀ ਹੈ ਅੱਗੇ ਦੋਸਤੋ ਵਿੱਤ ਸਰੋਤਾਂ ਦੀ ਘਾਟ ਠੀਕ ਹੈ ਜੀ ਤਾਂ ਦੇਖੋ ਦੋਸਤੋ ਵਿੱਤੀ ਸਰੋਤਾਂ ਦੀ ਘਾਟ ਕਾਰਨ ਖੇਤੀਬਾੜੀ ਅਤੇ ਛੋਟੇ ਪੱਮਾਨੇ ਦੇ ਉਦਯੋਗ ਦੇ ਪਸਾਰ ਵਿੱਚ ਵਿਭਿੰਨਤਾ ਪ੍ਰੋਗਰਾਮ ਦਾ ਨੁਕਸਾਨ ਹੋਇਆ ਹੈ ਅੱਗੇ ਦੋਸਤੋ ਛੇਮਾ ਪੁਆਇੰਟ ਖੇਤੀਬਾੜੀ ਅਜੇ ਵੀ ਇੱਕ ਮੌਸਮੀ ਕੀਤਾ ਹੈ ਆਜ਼ਾਦੀ ਦੇ ਲਗਭਗ 70 ਸਾਲ ਬਾਅਦ ਵੀ ਭਾਰਤ ਵਿੱਚ ਜੜੀ ਗਈ ਖੇ ਤੁੱਕ ਵੀ ਜਿਹੜੀ ਹੈਗੀ ਸਿੰਚਾਈ ਸਹੂਲਤ ਤੱਕ ਪਹੁੰਚ ਨਹੀਂ ਹੈ ਇਸ ਨੂੰ ਇੱਕ ਮੌਸਮੀ ਕੀਤਾ ਜਿਹੜਾ ਹੈਗਾ ਕਿਹਾ ਜਾਂਦਾ ਹੈ ਇਸ ਕਾਰਨ ਖੇਤੀ ਦੀ ਜਿਹੜੀ ਹੈਗੀ ਆ ਖੇਤੀ ਦੇ ਕੰਮਾਂ ਵਿੱਚ ਲੱਗੇ ਕਰਮਚਾਰੀ ਸਾਲ ਦੌਰ ਵਿੱਚ ਜਿਹੜੇ ਹੈਗੇ ਆ 3-4 ਮਹੀਨੇ ਬੇਰੁਜ਼ਗਾਰ ਰਹਿੰਦੇ ਹਨ ਜਿਹੜੇ ਖੇਤੀ ਕਰਦੇ ਹਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਠੀਕ ਹੈ ਜੀ ਤਾਂ ਦੋਸਤੋ ਇੱਥੇ ਆਪਣਾ ਜਿਹੜਾ ਪੇਪਰ ਸੀਗਾ ਸਾਰਾ ਹੀ ਸੋਲਵ ਕਰ ਲਿਆ ਖਤਮ ਹੋ ਗਿਆ ਇੱਥੇ ਠੀਕ ਹੈ ਜੀ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤਾ ਹੋਇਆ ਸੀਗਾ ਤੁਹਾਡੇ ਇਹ ਸੈਂਪਲ ਪੇਪਰ ਮਾਡਲਸ ਪੇਪਰ ਹਿਊਮਨਿਟੀਜ਼ ਗਰੁੱਪ ਆਰਟਸ ਵਾਲਿਆਂ ਲਈ ਵੀ ਤੇ ਕਾਮਰਸ ਵਾਲਿਆਂ ਲਈ ਦੋਨਾਂ ਲਈ ਇਹ ਸੇਮ ਆਸੀ ਪੂਰਾ ਸੋਲਵ ਕਰ ਲਿਆ ਵਾ ਜਿੰਨੇ ਜਿੰਨੇ ਸਾਡੇ ਤੋਂ ਕੁਸ਼ਨ ਹੁੰਦੇ ਸੀਗੇ ਬਾਕੀ ਅਗਰ ਕੋਈ ਦੋਸਤੋ ਮਿਸਟੇਕ ਹੁੰਦੀ ਆ ਤਾਂ ਤੁਸੀਂ ਉਸ ਦਾ ਜਿਹੜਾ ਹੈਗਾ ਉਹ ਕਰੈਕਸ਼ਨ ਪਾ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਕਿ ਹਾਂ ਵੀ ਸਰ ਤੁਸੀਂ ਆਹ ਵਾਲਾ ਥੋੜਾ ਜਿਆਗਲਤ ਦੱਸਿਆ ਵਾ ਇਹ ਗਲਤ ਸੀਗਾ ਕਿਹੜਾ ਕੁਸ਼ੀਗਾ ਠੀਕ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਠੀਕ ਹੈ ਜੀ ਤਾਂ ਬਾਕੀ ਆਪੀ ਕੋਸ਼ਿਸ਼ ਪੂਰੀ ਕੀਤੀ ਆ ਤੁਹਾਨੂੰ ਸੋਲਵ ਕਰਨ ਦੀ ਬਾਕੀ ਤੁਹਾਡੇ ਅਗਰ ਕੋਈ ਕੁਐਰੀ ਆ ਤੁਸੀਂ ਮੈਨੂੰ ਇੰਸਟਾ ਤੇ ਮ